ਹੈਲੋ एवरीवन ਵੈਲਕਮ ਹੈ ਪੰਜਾਬੀ ਵਾਈਕੂ ਪੰਜਾਬ ਵਾਈਕੂ ਦੇ ਇਸ ਸਪੈਸ਼ਲ ਵੀਡੀਓ ਦੇ ਵਿੱਚ ਅੱਜ ਆਪਾਂ ਇੱਕ ਨਵੀਂ ਸੀਰੀਜ਼ ਸਟਾਰਟ ਕਰਾਂਗੇ ਪੰਜਾਬ ਨੈਪ ਤਹਿਸੀਲਦਾਰ ਐਗਜ਼ਾਮ ਦੇ ਲਈ ਸਪੈਸ਼ਲ ਮੌਕ ਟੈਸਟ ਸੀਰੀਜ਼ ਇਹੇ ਸੀਰੀਜ਼ ਆ ਸੈਪਟੈਂਬਰ 1 ਰਹੇਗਾ ਜਿਸ ਦੇ ਵਿੱਚ ਆਪਾਂ 20 ਕੁਐਸਚਨਸ ਜੀਕੇ ਦੇ ਡਿਸਕਸ ਕਰਾਂਗੇ ਡਿਟੇਲ ਦੇ ਵਿੱਚ ਇਨ੍ਹਾਂ 20 ਕੁਐਸਚਨਸ ਦੇ ਵਿੱਚ ਹਿਸਟਰੀ ਪੋਲੀਟੀ ਜੀਓਗ੍ਰਾਫੀ ਇਕਨੋਮੀ ਔਰ ਕਰੰਟ ਅਫੇਅਰਸ ਨੂੰ ਇਨਕਲੂਡ ਕੀਤਾ ਗਿਆ ਹੈ ਹਰ ਇੱਕ ਕੁਐਸਚਨ ਦੇ ਜਿਹੜੇ ਮੈਕਸਿਮਮ ਮਾਰਕਸ ਰੱਖੇ ਗਏ ਨੇ ਉਹ ਰੱਖੇ ਗਏ ਨੇ 2.5 ਯਾਨੀ ਇਹ ਮੌਕ ਟੈਸਟ ਨੰਬਰ 1 ਟੋਟਲ 50 ਮਾਰਕਸ ਦੇ ਹੋਏਗਾ ਇਹ ਜੋ ਪਹਿਲਾ ਮੌਕ ਟੈਸਟ ਹੋਏਗਾ ਇਸ ਦੇ 50 ਮਾਰਕਸ ਮੈਕਸਿਮਮ ਹੋਣਗੇ ਸਾਰੇ ਕੁਐਸਚਨਸ ਦੇ ਇਸ ਦਾ ਆਨਸਰ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਦੱਸਣਾ ਹੈ ਕਿ ਤੁਹਾਨੂੰ 50 ਮਾਰਕਸ ਦੇ ਵਿੱਚੋਂ ਕਿੰਨੇ ਮਾਰਕਸ ਪ੍ਰਾਪਤ ਕੀਤੇ ਨੇ ਕਿੰਨੇ ਮਾਰਕਸ ਰਿਸੀਵ ਕਿਤੇ ਨੇ ਇਸ ਦੇ ਜਿਹੜੇ ਕੱਟ ਆਫ ਨੰਬਰ ਰੱਖੇ ਗਏ ਨੇ ਉਹ ਰੱਖੇ ਗਏ ਨੇ 40 ਮਾਰਕਸ ਇਹ ਹੈ ਸੈਪਟੰਬਰ 1 ਮੈਂ ਤੁਹਾਡੇ ਤੱਕ ਲੈ ਕੇ ਆ ਰਿਹਾ ਮੇਰਾ ਨਾਮ ਹੈ ਮੋਹਿਤ ਕਰਕਾ ਸੋ ਆਪਾਂ ਇਸ ਵੀਡੀਓ ਨੂੰ ਸਟਾਰਟ ਕਰਦੇ ਆ ਬਿਨਾ ਕੋ ਟੈਮੇਸਟ ਕੀਤੇ ਸਭ ਤੋਂ ਪਹਿਲਾ ਕੁਸ਼ਣ ਹੈ ਆਪਣੇ ਕੋਲ ਦ ਟੈਗ ਲਾਈਨ ਇਨ ਵੈਲਿਊਏਬਲ ਟ੍ਰੈਜਰਸ ਆਫ ਇਨਕ੍ਰੈਡੀਬਲ ਇੰਡੀਆ ਇਸ ਐਸੋਸੀਏਟਿਡ ਵਿਦ ਦਾ ਲੋਗੋ ਫੋਰ ਇੱਕ ਟੈਗ ਲਾਈਨ ਹੈ ਜਿਸਦਾ ਨਾਮ ਹੈ ਇਨ ਵੈਲਿਊਏਬਲ ਟ੍ਰੈਜਰਸ ਆਫ ਇਨਕ੍ਰੈਡੀਬਲ ਇੰਡੀਆ ਇਹ ਕਿਸ ਚੀਜ਼ ਨਾਲ ਐਸੋਸੀਏਟ ਹੈ ਤੁਹਾਡੇ ਆਪਸ਼ਨ ਨੇ ਆਰਕੀਓਲੋਜੀਕਲ ਸਰਵੇ ਆਫ India Tourism Development Corporation Geological Survey of India ya fir Geographical Indications Tag of India is that the right answer hai oh hai GI tag of India yani Geographical Indications Tag of India de naal associate hai ik jisda naam hai Tagline In Valuable Treasures of Incredible India is that the right answer hai oh hai the option eh yaad rakhna hai toanne is to ilawa tusi mainu comment box de vich eh likh ke zor dasne ਪੰਜਾਬ ਦਾ ਕਿਹੜਾ ਪ੍ਰੋਡਕਟ ਹੈ ਜਿਸ ਨੂੰ GI ਟੈਗ ਮਿਲਿਆ ਹੋਇਆ ਹੈ ਇਸ ਦਾ ਆਨਸਰ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਲਿਖ ਕੇ ਜਰੂਰ ਦੱਸਣਾ ਹੈ ਸੈਕਿੰਡ ਨੰਬਰ ਕੁਐਸਚਨ ਹੈ ਆਪਣੇ ਕੋਲ ਹੂ ਟੁਕਓ ਓਵਰ ਦਾ ਏਕਾ ਮੂਵਮੈਂਟ ਸਟਾਰਟਡ ਬਾਈ ਕਾਂਗਰਸ ਇਨ ਅਵਦ ਡਿਊਰਿੰਗ 1921 ਬਾਈ ਯਾਨੀ ਸਭ ਤੋਂ ਪਹਿਲਾਂ ਤੁਹਾਨੂੰ ਇਹ ਯਾਦ ਰੱਖਣਾ ਹੈ ਕਾਂਗਰਸ ਦੇ ਦੁਆਰਾ ਅਵਧ ਦੇ ਵਿੱਚ ਇੱਕ ਮੂਵਮੈਂਟ ਸਟਾਰਟ ਕੀਤੀ ਸੀ ਜਿਸ ਦਾ ਨਾਮ ਸੀ ਇਕਾ ਮੂਵਮੈਂਟ ਆਪਾਂ ਨੂੰ ਇਹ ਕੁਝ ਨਹੀਂ ਪੁੱਛਿਆ ਬਟ ਆਪਾਂ ਨੂੰ ਪੁੱਛਿਆ ਗਿਆ ਹੈ ਤੇ ਕਿਸ ਦੇ ਦੁਆਰਾ ਟੇਕਓਵਰ ਕੀਤੀ ਗਈ ਸੀ ਇਹ ਮੂਵਮੈਂਟ 1921-22 ਦੇ ਵਿੱਚ ਤੁਹਾਡੇ ਆਪਸ਼ਨੇ ਭਗਵਾਨ ਆਹਿਰ ਮਦਾਰੀ ਪਾਸੀ ਬਾਬਾ ਰਾਮਚੰਦਰ ਜਾਂ ਫਿਰ ਸ਼ਾ ਨਯਮ ਅਤਾ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਬੀ ਆਪਸ਼ਨ ਮਦਾਰੀ ਪਾਸੀ ਮਦਾਰੀ ਪਾਸੀ ਸੀ ਜੋ ਇਹਨਾਂ ਦੇ ਦੁਆਰਾ ਟੇਕਓਵਰ ਕਰ ਲਈ ਸੀ ਇਹ ਮੂਵਮੈਂਟ 1900 1921 ਬਾਈ ਦੇ ਵਿੱਚ ਜੋ ਕਿ ਕਾਂਗਰਸ ਦੇ ਦੁਆਰਾ ਅਵਧ ਯੂਪੀ ਦੇ ਵਿੱਚ ਸਟਾਰਟ ਕੀਤੀ ਗਈ ਸੀ 1921 ਬਾਈ ਦੇ ਵਿੱਚ ਇਸ ਦਾ ਜਿਹੜਾ ਰਾਈਟ ਆਨਸਰ ਹੈ ਆਪਣੇ ਕੋਲ ਉਹ ਹੈ ਮਦਾਰੀ ਪਾਸੀ ਬੀ ਆਪਸ਼ਨ ਆਈ ਹੋਪ ਤੁਹਾਨੂੰ ਇਹ ਕੁਸ਼ਚਨ ਸਹੀ ਅਟੈਂਪਟ ਕੀਤਾ ਹੋਵੇਗਾ ਨੈਕਸਟ ਕੁਸ਼ਚਨ ਹੈ ਆਪਣੇ ਕੋਲ 3 ਨੰਬਰ ਕੁਸ਼ਚਨ 3 ਨੰਬਰ ਕੁਸ਼ਚਨ ਵਿਚ ਆਰਗੇਨਾਈਜੇਸ਼ਨ ਵਾਸ ਸਟਾਰਟਡ ਐਟ ਦਾ ਹਰੀਦਵਾਰ ਕੁੰਭ ਮੇਲਾ ਇਨ 1915 ਕਿਹੜੀ ਆਰਗੇਨਾਈਜੇਸ਼ਨ ਸੀ ਜਿਸ ਦੇ ਦੁਆਰਾ ਹਰੀਦਵਾਰ ਕੁੰਭ ਮੇਲਾ ਸਟਾਰਟ ਕੀਤਾ ਗਿਆ ਸੀ 1915 ਦੇ ਵਿੱਚ ਕਿਹੜਾ ਸੰਗਠਨ ਸੀ ਜਿਸ ਦੇ ਦੁਆਰਾ ਇਹ मेला स्टार्ट करवाया गया हरिद्वार कुंभ मेला उन्नीस सौ पंद्रह के ऑप्शन है संतन धर्म सभा देव समाज ब्राह्मण समाज या फिर हिंदू महासभा इस जो राइट आंसर अपने है डी ऑप्शन हिंदू महासभा हिंदू महासभा के द्वारा यह मेला स्टार्ट करवाया गया है हरिद्वार कुंभ मेला इसका जो राइट आंसर अपने को है डी ऑप्शन हिंदू महासभा इस अलावा यह भी याद रखना कदों स्ार्ट करवाया गया उन्नीस सौ पंद्रह के जो राइट आंसर है डी ऑप्शन हिंदू महासभा ਨੈਕਸਟ ਕੁਐਸ਼ਨ ਆਪਣੇ ਕੋਲ 4ਥ ਨੰਬਰ ਕੁਐਸ਼ਨ 4 ਨੰਬਰ ਕੁਐਸ਼ਨ ਸੁਭਾਸ ਚੰਦਰ ਬੋਸ ਸਟਾਰਟਡ ਦਾ ਆਜ਼ਾਦ ਹਿੰਦ ਰੇਡੀਓ ਇਨ ਵਿਚ ਆਫ ਦਾ ਫੋਲੋਇੰਗ ਕੰਟਰੀਜ਼ ਆ ਯਾਨੀ ਕਿਹੜੇ ਦੇਸ਼ ਦੇ ਵਿੱਚ ਸੁਭਾਸ ਚੰਦਰ ਬੋਸ ਦੇ ਦੁਆਰਾ ਇੱਕ ਰੇਡੀਓ ਸਟਾਰਟ ਕੀਤਾ ਗਿਆ ਸੀ ਜਿਸ ਦਾ ਨਾਮ ਸੀ ਆਜ਼ਾਦ ਹਿੰਦ ਰੇਡੀਓ ਇਹ ਕਿੱਥੇ ਸਟਾਰਟ ਕੀਤਾ ਗਿਆ ਸੀ ਤੁਹਾਡੇ ਆਪਸ਼ਨ ਜਪਾਨ ਆਸਟਰੀਆ ਜਰਮਨੀ ਜਾਂ ਫਿਰ ਮਲੇਸ਼ੀਆ ਇਜ਼ 댓 ਯਰ ਰਾਈਟ ਆਨਸਰ ਹੈ ਆਪਣੇ ਕੋਲ ਉਹ ਹੈ ਸੀ ਆਪਸ਼ਨ ਜਰਮਨੀ ਜਰਮਨੀ ਦੇ ਵਿੱਚ ਸਟਾਰਟ ਕੀਤਾ ਗਿਆ ਸੀ ਸੁਬਾਸ ਚੰਦਰ ਬੋਸ ਦੇ ਦੁਆਰਾ ਆਜ਼ਾਦ ਹਿੰਦ ਰੇਡੀਓ ਇਸ ਦਾ ਜਿਹੜਾ ਰਾਈਟ ਆਨਸਰ ਹੈ ਆਪਣੇ ਕੋਲ ਉਹ ਹੈ ਸੀ ਆਪਸ਼ਨ ਜਰਮਨੀ ਇਸ ਤੋਂ ਇਲਾਵਾ ਤੁਸੀਂ ਇਹ ਯਾਦ ਰੱਖਣਾ ਹੈ ਪਹਿਲਾਂ ਜਦੋਂ ਇਹ ਜੋ ਆਜ਼ਾਦ ਹਿੰਦ ਰੇਡੀਓ ਹੈ ਜਦੋਂ ਬਣਿਆ ਸੀ ਉਸ ਸਮੇਂ ਇਸ ਦਾ ਹੈੱਡ ਕੁਆਰਟਰ ਸੀ ਜਰਮਨੀ ਦੇ ਵਿੱਚ ਬਟ ਬਾਅਦ ਦੇ ਵਿੱਚ ਇਸ ਨੂੰ ਚੇਂਜ ਕਰ ਦਿੱਤਾ ਗਿਆ ਸੀ ਇਸ ਦੀ ਲੋਕੇਸ਼ਨ ਚੇਂਜ ਕਰ ਦਿੱਤੀ ਗਈ ਸੀ ਸ਼ਿਫਟ ਕਰ ਦਿੱਤੀ ਗਈ ਸੀ ਕਿੱਥੇ ਕੀਤੀ ਗਈ ਸੀ ਸਿੰਗਾਪੁਰ ਦੇ ਵਿੱਚ ਇਹ ਯਾਦ ਰੱਖਣਾ ਹੈ ਸਿੰਗਾਪੁਰ ਦੇ ਵਿੱਚ ਇਸ ਦੀ ਲੋਕੇਸ਼ਨ ਚੇਂਜ ਕਰ ਦਿੱਤੀ ਗਈ ਸੀ ਸ਼ਿਫਟ ਕਰ ਦਿੱਤੀ ਗਈ ਸੀ ਇਹ ਯਾਦ ਰੱਖਣਾ ਹੈ ਉਸ ਤੋਂ ਬਾਅਦ ਸਿੰਗਾਪੁਰ ਦੇ ਵਿੱਚ ਇਸ ਦੀ ਲੋਕੇਸ਼ਨ ਕਰ ਦਿੱਤੀ ਗਈ ਸੀ ਇਹ ਵੀ ਯਾਦ ਰੱਖਣਾ ਹੈ ਨੈਕਸਟ ਕੁਸ਼ਣ ਆਪਣੇ ਕੋਲ 5th ਨੰਬਰ ਕੁਸ਼ਣ ਆ ਦਾ ਆਡੀਟਰ ਰਿਪੋਰਟਸ ਆਫ ਦਾ ਕੈਗ ਕੰਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ ਰਿਲੇਟਿੰਗ ਟੂ ਦਾ ਅਕਾਊਂਟਸ ਆਫ ਦਾ ਯੂਨੀਅਨ ਸ਼ੈੱਲ ਵੀ ਸਬਮਿਟਡ ਟੂ ਯਾਨੀ ਆਡੀਟਰ ਰਿਪੋਰਟ ਹੁੰਦੀ ਹੈ ਜਿਹੜੀ ਕੈਗ ਦੀ ਇਹ ਕੈਗ ਦੇ ਦੁਆਰਾ ਰਿਪਰੈਜ਼ੈਂਟ ਕੀਤੀ ਜਾਂਦੀ ਹੈ ਬਣਾਈ ਜਾਂਦੀ ਹੈ ਇਹ ਜਿਹੜੇ ਯੂਨੀਅਨ ਸਰਕਾਰੀ ਹੁੰਦੀ ਆਪਣੀ ਸੈਂਟਰ ਸਰਕਾਰ ਉਸ ਦੀ ਇੱਕ ਰਿਪੋਰਟ ਹੁੰਦੀ ਹੈ ਉਸ ਦਾ ਖਾਤਾ ਹੁੰਦਾ ਸਾਰਾ ਠੀਕ ਹੈ ਇਹ ਸਬਮਿਟ ਕਿਸ ਨੂੰ ਕੀਤੀ ਜਾਂਦੀ ਹੈ ਤੁਹਾਡੇ ਆਪਸ਼ਨ ਨੇ ਰਾਸ਼ਟਰਪਤੀ ਨੂੰ ਪ੍ਰੈਜ਼ੀਡੈਂਟ ਨੂੰ ਉਸ ਤੋਂ ਬਾਅਦ ਸਪੀਕਰ ਆਫ ਲੋਕ ਸਭਾ ਉਸ ਤੋਂ ਬਾਅਦ ਪ੍ਰਾਈਮ ਮਿਨਿਸਟਰ ਲਾਸਟ ਆਪਸ਼ਨ ਆਪਣੇ ਕੋਲ ਵਾਈਸ ਪ੍ਰੈਜ਼ੀਡੈਂਟ ਹੈ ਯਾਨੀ ਉਪ ਰਾਸ਼ਟਰਪਤੀ ਇਸ ਦਾ ਠੀਕ ਆਨਸਰ ਆਪਣੇ ਕੋਲ ਉਹ ਹੈ 5th ਨੰਬਰ ਕੁਐਸਚਨ ਦਾ ਰਾਸ਼ਟਰਪਤੀ ਏ ਆਪਸ਼ਨ ਇਸ ਦਾ ਆਨਸਰ ਹੈ ਏ ਆਪਸ਼ਨ ਦਾ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਕੋਲ ਇਹ ਕੈਗ ਦੀ ਰਿਪੋਰਟ ਹੈ ਜਿਹੜੀ ਸ इसका जो राइट आंसर है ए ऑप्शन राष्ट्रपति प्रैजीडेंट आई होप तो यह क्वेश्चन सही अटैप्ट इस तो इलावा तुम्हें यह भी याद रखना है जेडे प्रजेंट टाइम के राष्ट्रपति ने इंडिया के उन्हों का नाम है को रामनाथ कोविंद रामनाथ कोविंद यही याद रखना है और यही इंडिया के फोर्टीन प्रेजीडेंट ने यह भी याद रखना है फोर्टीन प्रेजिडेंट ने इंडिया के रामनाथ कोविंद और प्रेजेंट के जेडे वाइस प्रैजीडेंट इंडिया दे उन्हों का नाम है वैकिया नायडू वेंकैया नायडू यथ वाइस प्रैजीडेंट ने इंडिया के 13th ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਇਸ ਤੋਂ ਇਲਾਵਾ ਜੋ ਉਪ ਰਾਸ਼ਟਰਪਤੀ ਹੁੰਦੇ ਨੇ ਯਾਨੀ ਵਾਈਸ ਪ੍ਰੈਜ਼ੀਡੈਂਟ ਹੁੰਦੇ ਨੇ ਇਹ ਐਕਸ ਆਫੀਸ਼ੀਅਲ ਚੇਅਰਮੈਨ ਹੁੰਦੇ ਨੇ ਕਿਸ ਹਾਊਸ ਦੇ ਰਾਜ ਸਭਾ ਦੇ ਰਾਜ ਸਭਾ ਹੁੰਦੀ ਹੈ ਜਿਹੜੀ ਇਸ ਦੇ ਐਕਸ ਆਫੀਸ਼ੀਅਲ ਚੇਅਰਮੈਨ ਕੌਣ ਹੁੰਦੇ ਨੇ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਹੁੰਦੇ ਨੇ ਇਹ ਕੁਐਸਚਨ ਵੀ ਕਾਫੀ ਰਿਪੀਟ ਹੁੰਦਾ ਹੈ ਯਾਦ ਰੱਖਣਾ ਹੈ ਇਸ ਤੋਂ ਇਲਾਵਾ ਜੋ ਪ੍ਰੈਜ਼ੈਂਟ ਟਾਈਮ ਦੇ ਸਪੀਕਰ ਨੇ ਇੰਡੀਆ ਦੇ ਉਹ ਕੌਣ ਨੇ ਉਹ ਨੇ ਓਮ ਬਿਰਲਾ ਮੰਬਰ ਲਾਣੇ ਜਿਹੜੇ ਇਹ ਪ੍ਰੈਜੈਂਟ ਟਾਈਮ ਤੇ ਸਪੀਕਰ ਨੇ ਇੰਡੀਆ ਦੇ ਲੋਕ ਸਭਾ ਦੇ ਸਪੀਕਰ ਇਹ ਵੀ ਯਾਦ ਰੱਖਣਾ ਹੈ ਪ੍ਰੈਜੈਂਟ ਟਾਈਮ ਤੇ ਨਰਿੰਦਰ ਮੋਦੀ ਨੇ ਪ੍ਰੈਜਿਡੈਂਸੀ ਸਭ ਨੂੰ ਪਤਾ ਹੋਏਗਾ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਏ ਆਪਸ਼ਨ ਰਾਸ਼ਟਰਪਤੀ ਨੈਕਸਟ ਕੁਸ਼ਨ ਹੈ ਆਪਣੇ ਕੋਲ 6th ਨੰਬਰ ਕੁਸ਼ਨ ਹੈਡ ਕੁਆਟਰ ਹੈ ਜਿਹੜਾ ਮੈਟਰੋ ਰੇਲ ਜ਼ੋਨ ਦਾ ਉਹ ਕਿੱਥੇ ਲੋਕੇਟਡ ਹੈ ਦਾ ਹੈਡ ਕੁਆਟਰਸ ਆਫ ਮੈਟਰੋ ਰੇਲ ਰੇਲਵੇ ਜ਼ੋਨ ਇਜ਼ ਲੋਕੇਟਡ ਇਨ ਕਿੱਥੇ ਲੋਕੇਟਡ ਹੈ ਤੁਹਾਡੇ ਆਪਸ਼ਨ ਨੇ ਨਿਊ ਦਿੱਲੀ ਮੁੰਬਈ ਕੋਲਕਾਤਾ ਜਾਂ ਫਿਰ ਚੇਨਈ ਜਿਹੜਾ ਹੈਡ ਕੁਆਟਰ ਹੈ ਮੈਟਰੋ ਰੇਲਵੇ ਜ਼ੋਨ ਦਾ ਉਹ ਕਿੱਥੇ ਲੋਕੇਟਡ ਹੈ ਕੋਲਕਾਤਾ ਦੇ ਵਿੱਚ ਇਸ ਦਾ ਜਿਹੜਾ ਰਾਈਟ ਆਨਸਰ ਹੈ ਆਪਣੇ ਕੋਲ ਉਹ ਹੈ ਸੀ ਆਪਸ਼ਨ ਕੋਲਕਾਤਾ ਦੇ ਵਿੱਚ ਹੈਡਕੁਆਟਰ ਹੈ ਕਿਸ ਦਾ ਮੈਟਰੋ ਰੇਲਵੇ ਜੋਂ ਦਾ ਇਸ ਦਾ ਰਾਈਟ ਆਨਸਰ ਹੈ ਆਪਣੇ ਕੋਲ ਸੀ ਆਪਸ਼ਨ ਕੋਲਕਾਤਾ ਕੋਲਕਾਤਾ ਵੈਸਟ ਬੰਗਾਲ ਦੀ ਰਾਜਧਾਨੀ ਹੈ ਠੀਕ ਹੈ ਇਹ ਪਤਾ ਹੋਏਗਾ ਤੁਹਾਨੂੰ ਸਭ ਨੂੰ ਇਸ ਤੋਂ ਇਲਾਵਾ ਤੁਸੀਂ ਇਹ ਵੀ ਯਾਦ ਰੱਖਣਾ ਹੈ ਇੱਕ ਹੈ ਇੰਡੀਆ ਰੇਲਵੇ ਇਹ ਹੈ ਮੈਟਰੋ ਰੇਲਵੇ ਦੋਨਾਂ ਦੇ ਵਿੱਚ ਕਨਫਿਊਜ਼ ਨਹੀਂ ਹੋਣਾ ਤੁਹਾਨੂੰ ਇੱਕ ਹੈ ਇੰਡੀਆ ਰੇਲਵੇ ਇੰਡੀਆ ਰੇਲਵੇ ਦਾ ਹੈਡਕੁਆਟਰ ਕਿੱਥੇ ਹੈ ਨਿਊ ਦਿੱਲੀ ਦੇ ਵਿੱਚ ਨਿਊ ਦਿੱਲੀ ਦੇ ਵਿੱਚ ਹੈਡਕੁਆਟਰ ਹੈ ਇੰਡੀਆ ਰੇਲਵੇ ਦਾ ਔਰ जो मैट्रो रेलवे जोन है, है इस तो दो हैडक्वाटर है तो तो दो कोलकाता के इस अलावा तुम भी याद रखो वर्ल्ड हैल्थ ऑरगनाइशन वर्ल्ड ट्रेड ऑरगनाइशन दोनों का हैडक्ुआटर कितने जनेवा के बाद इंटरनेशनल मोनिटरी फंड उसको बाद वर्ल्ड बैंक इन्ह दोनों हैडक्ुआर कित है वाशिंगटन डीसी केन डीसी के उस यूनाइट नेशनज यूनीसैफ इनडक्वाटर कितने न्यूयॉर्क यह सारे याद रखने इंपोर्टेंट ने यह भी याद रखने और वर्ल्ड बैंक के जो प्रेजीडेंट कौन ने डेविड मलपास डेविड मलपास ਔਰ ਜਿਹੜੇ World Health Organization ਦੇ ਜਿਹੜੇ ਡਾਇਰੈਕਟਰ ਜਨਰਲ ਨੇ ਉਹਨਾਂ ਦਾ ਨਾਮ ਕੀ ਹੈ ਟੈਡਰੋਸ ਅਦਰਨੋਮ ਟੈਡਰੋਸ ਆਈ ਥਾ ਨੋਅਰ ਇਨ ਆਦਰ ਦੇਸ਼ ਕਿਹੜਾ ਹੈਗਾ ਇਹਨਾਂ ਦਾ ਤਾਂ ਦੇਸ਼ ਹੈ ਇਥੋਪੀਆ ਇਥੋਪੀਆ ਦੇਸ਼ ਤੋਂ ਬਿਲੋਂਗ ਕਰਦੇ ਨੇ ਟੈਡਰੋਸ ਅਦਰਨੋਮ ਜਿਹੜਾ World Health Organization ਹੈ ਇਸ ਦੇ ਵਿੱਚ ਇੰਡੀਆ ਦੇ ਇੱਕ ਚੀਫ ਸਾਇੰਟਿਸਟ ਨੇ ਜਿਹਨਾਂ ਦਾ ਨਾਮ ਹੈ ਐਮ ਸੋਮੇ ਸਵਾਮੀनाथन ਐਮ ਸੋਮੇ ਸਵਾਮੀनाथन ਇਹ ਵੀ ਯਾਦ ਰੱਖਣਾ ਨੈਕਸਟ ਕੁਸ਼ਨ ਹੈ ਆਪਣੇ ਕੋਲ 7th ਨੰਬਰ ਕੁਸ਼ਨ ਹੈ ਵਿਚ ਵਨ ਆਫ ਦਾ ਫੋਲੋਇੰਗ ਯੂਨੀਅਨ ਟੈਰੀਟਰੀਜ਼ ਆਫ ਇੰਡੀਆ ਸ਼ੇਅਰ ਦਾ ਸ਼ਾਰਟੈਸਟ ਲੈਂਥ ਆਫ ਨੈਸ਼ਨਲ ਹਾਈਵੇ ਯਾਨੀ ਇੰਡੀਆ ਦਾ ਕਿਹੜਾ ਕੇਂਦਰ ਸ਼ਾਸਤ ਪ੍ਰਦੇਸ਼ ਹੈ ਜੋ ਕਿ ਸ਼ਾਰਟੈਸਟ ਲੈਂਥ ਸ਼ੇਅਰ ਕਰਦਾ ਹੈ ਨੈਸ਼ਨਲ ਹਾਈਵੇ ਦੇ ਨਾਲ ਇਹ ਕਿਹੜਾ ਯੂਨਿਟ ਟੈਰੀਟਰੀ ਇੰਡੀਆ ਦਾ ਇਹ ਆਪਸ਼ਨ ਹੈ ਤੁਹਾਡੇ ਚੰਡੀਗੜ੍ਹ ਦਿੱਲੀ ਪੋਡਿਚਰੀ ਔਰ ਲਕਸ਼ਦਵੀਪ ਇਸ ਦਾ ਜਿਹੜਾ ਰਾਈਟ ਆਨਸਰ ਹੈ ਆਪਣੇ ਕੋਲ ਉਹ ਹੈ ਏ ਆਪਸ਼ਨ ਚੰਡੀਗੜ੍ਹ ਚੰਡੀਗੜ੍ਹ ਜੋ ਹੈ ਇਸ ਦੇ ਦੁਆਰਾ ਟੋਟਲ 15 ਕਿਲੋਮੀਟਰ ਦਾ ਜਿਹੜਾ ਬਾਰਡਰ ਹੈ ਉਹ ਸ਼ੇਅਰ ਕੀਤਾ ਜਾਂਦਾ ਹੈ ਯਾਨੀ ਸ਼ਾਰਟੈਸਟ ਲੈਂਥ ਸ਼ੇਅਰ ਕੀਤੀ ਜਾਂਦੀ ਹੈ ਨੈਸ਼ਨਲ ਹਾਈਵੇ ਦੇ ਨਾਲ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਏ ਆਪਸ਼ਨ ਚੰਡੀਗੜ੍ਹ ਨੈਕਸਟ ਕੁਐਸਚਨ ਹੈ ਆਪਣੇ ਕੋਲ 8th ਨੰਬਰ ਕੁਐਸਚਨ ਹੂ ਇਜ਼ ਦਾ ਚੇਅਰਮੈਨ ਆਫ ডিফেন্স ਪਲੈਨਿੰਗ ਕਮੇਟੀ ਸੈਟ ਅਪ ਇਨ ਅਪ੍ਰੈਲ 2018 ਸਭ ਤੋਂ ਪਹਿਲਾਂ ਯਾਦ ਰੱਖਣਾ ਹੈ ਡੀਪੀਸੀ ਯਾਨੀ ਡਿਫੈਂਸ ਪਲੈਨਿੰਗ ਕਮੇਟੀ ਇਸ ਨੂੰ ਸੈਟ ਅਪ ਕਰਦੂ ਕਿਤਾ ਗਿਆ ਸੀ ਅਪ੍ਰੈਲ 2018 ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਹੈ ਇਸ ਦੇ ਚੇਅਰਮੈਨ ਕੌਣ ਹੁੰਦੇ ਨੇ ਤੁਹਾਡੇ ਆਪਸ਼ਨ ਹੈ ਪ੍ਰਾਈਮ ਮਿਨਿਸਟਰ ਯਾਨੀ ਪ੍ਰਧਾਨ ਮੰਤਰੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ 3rd ਆਪਸ਼ਨ ਹੈ ਆਪਣੇ ਕੋਲ ਡਿਫੈਂਸ ਮੰਤਰੀ ਯਾਨੀ ਰੱਖਿਆ ਮੰਤਰੀ ਔਰ 4th ਆਪਸ਼ਨ ਹੈ ਆਪਣੇ ਕੋਲ ਦਾ ਚੀਫ ਆਫ ਦਾ ਆਰਮੀ ਸਟਾਫ ਇਸ ਦਾ ਜਿਹੜਾ ਰਾਈਟ ਆਨਸਰ ਹੈ ਡਿਫੈਂਸਿਵ ਪਲੈਨਿੰਗ ਕਮੇਟੀ ਦੇ ਚੇਅਰਮੈਨ ਦਾ ਇਸ ਦਾ ਰਾਈਟ ਆਨਸਰ ਹੈ ਆਪਣੇ ਕੋਲ ਉਹ ਹੈ ਵੀ ਆਪਸ਼ਨ ਦ ਨੈਸ਼ਨਲ ਸਿਕਿਉਰਿਟੀ ਅਡਵਾਈਜ਼ਰ ਆ ਯਾਨੀ ਜਿਹੜੇ ਨੈਸ਼ਨਲ ਸਿਕਿਉਰਿਟੀ ਅਡਵਾਈਜ਼ਰ ਹੁੰਦੇ ਨੇ ਇੰਡੀਆ ਦੇ ਸਲਾਹਕਾਰ ਹੁੰਦੇ ਨੇ ਜਿਹੜੇ ਉਹ ਐਕਸ ਆਫੀਸਰ ਚੇਅਰਮੈਨ ਹੁੰਦੇ ਨੇ ਡਿਫੈਂਸਿਵ ਪਲੈਨਿੰਗ ਕਮੇਟੀ ਦੇ ਇਸ ਦਾ ਜਿਹੜਾ ਰਾਈਟ ਆਨਸਰ ਹੈ ਆਪਣੇ ਕੋਲ ਉਹ ਹੈ ਵੀ ਆਪਸ਼ਨ ਨੈਸ਼ਨਲ ਸਿਕਿਉਰਿਟੀ ਅਡਵਾਈਜ਼ਰ ਇਸ ਦੇ ਜਿਹੜੇ ਪ੍ਰੈਜ਼ੈਂਟ ਟਾਈਮ ਤੇ ਅਧਿਖਸ਼ ਨੇ ਯਾਨੀ ਪ੍ਰੈਜ਼ੈਂਟ ਦੇ ਜਿਹੜੇ ਨੈਸ਼ਨਲ ਸਿਕਿਉਰਿਟੀ ਅਡਵਾਈਜ਼ਰ ਨੇ ਉਹਨਾਂ ਦਾ ਨਾਮ ਅਜੀਤ ਡੋਵਾਲ ਇਹ ਯਾਦ ਰੱਖਣਾ ਹੈ ਇਸ ਤੋਂ ਇਲਾਵਾ ਇੱਕ ਕੁਐਸਚਨ ਹੋਰ ਹੁੰਦਾ ਉਹ ਵੀ ਯਾਦ ਰੱਖਣਾ ਇੱਕ ਹੁੰਦੀ ਹੈ ਡਿਫੈਂਸਿਵ ਪਲੈਨਿੰਗ ਕਮੇਟੀ ਜਿਸ ਦੇ ਚੇਅਰਮੈਨ ਹੁੰਦੇ ਨੇ ਐਨਐਸਏ ਯਾਨੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਇਨ ਸ਼ਾਰਟ ਬੋਲਦੇ ਨੇ ਐਨਐਸਏ ਇਹ ਯਾਦ ਰੱਖਣਾ ਹੈ ਇਸ ਤੋਂ ਇਲਾਵਾ ਇੱਕ ਹੁੰਦੀ ਹੈ ਡਿਫੈਂਸ ਐਕ acquisition ਕੌਂਸਲ ਡਿਫੈਂਸ ਐਕ acquisition ਕੌਂਸਲ ਇੱਕ ਹੁੰਦੀ ਹੈ ਡਿਫੈਂਸ ਐਕ acquisition ਕੌਂਸਲ ਇਸ ਦੇ ਜਿਹੜੇ ਚੇਅਰਮੈਨ ਹੁੰਦੇ ਨੇ ਉਹ ਕੌਣ ਹੁੰਦੇ ਨੇ ਜੋ ਆਪਣੇ ਡਿਫੈਂਸ ਮਿਨਿਸਟਰ ਹੁੰਦੇ ਨੇ ਯਾਨੀ ਜਿਹੜੇ ਇੰਡੀਆ ਦੇ ਡਿਫੈਂਸ ਮਿਨਿਸਟਰ ਹੁੰਦੇ ਨੇ ਉਹ ਇਸ ਦਿ ਐਕਸ ਅਫੀਸ਼ਲ ਚੇ ਡਿਫੈਂਸ ਐਕ acquisition ਕੌਂਸਲ ਦੇ ਇਹ ਯਾਦ ਰੱਖਣਾ ਡਿਫੈਂਸ ਐਕ acquisition ਕੌਂਸਲ ਦੇ ਚੇਅਰਮੈਨ ਕੌਣ ਹੁੰਦੇ ਨੇ ਡਿਫੈਂਸ ਮੰਤਰੀ ਕੌਣ ਨੇ ਪ੍ਰੈਸੈਂਟ ਟਾਈਮ ਤੇ ਉਹਨਾਂ ਦਾ ਨਾਮ ਹੈ ਰਾਜਨਾਥ ਸਿੰਘ ਰਾਜਨਾਥ ਸਿੰਘ ਨੇ ਜਿਹੜੇ ਇਹ ਪ੍ਰੈਸੈਂਟ ਟਾਈਮ ਦੇ ਚੇਅਰਮੈਨ ਨੇ ਇਸ ਡਿਫੈਂਸ ਐਕ acquisition ਕੌਂਸਲ ਦੇ ਔਰ ਇੰਡੀਆ ਦੇ ਡਿਫੈਂਸ ਮੰਤਰੀ ਨੇ ਰਾਜਨਾਥ ਸਿੰਘ ਔਰ ਇਹਨਾਂ ਦੀ ਜਿਹੜੀ ਕੌਨਸਟਿਟਿਊਐਂਸੀ ਹੈ ਉਹ ਹੈ ਲਖਨਊ ਲਖਨਊ ਹੈ ਕੌਨਸਟਿਟਿਊਐਂਸੀ ਜੋ ਕਿ ਯੂਪੀ ਦੀ ਰਾਜਧਾਨੀ ਹੈ ਯੂਪੀ ਦੇ ਸੀਐਮ ਕੌਣ ਨੇ ਯੋਗੀ ਦਿੱਤਨਾਥ ਯੋਗੀ ਅਦਿੱਤਨਾਥ ਨੈਕਸਟ ਕੁਐਸਚਨ ਆਪਣੇ ਕੋਲ 9th ਨੰਬਰ ਕੁਐ ਤੇਜਸ ਇਜ਼ ਦਾ ਨੇਮ ਆਫ ਵਿਚ ਵਨ ਆਫ ਦਾ ਫਲਿੰਗ ਯਾਨੀ ਤੇਜਸ ਕਿਸ ਦਾ ਨਾਮ ਹੈ ਦਿੱਤੇ ਗਏ ਚਾਰ ਆਪਸ਼ਨਾਂ ਦੇ ਵਿੱਚੋਂ ਤੁਹਾਡੇ ਆਪਸ਼ਨ ਹੈ ਮੇਨ ਬੈਟਲ ਟੈਂਕ ਨਿਊਕਲੀਅਰ ਸਬਮਰੀਨ ਲਾਈਟ ਕੰਬੈਟ 에어ਕ੍ਰਾਫਟ ਜਾਂ ਫਿਰ ਲਾਸਟ ਆਪਸ਼ਨ ਹੈ ਆਪਣੇ ਕੋਲ 에어ਕ੍ਰਾਫਟ ਕੈਰੀਅਰ ਇਸ ਦਾ ਜਿਹੜਾ ਰਾਈਟ ਆਨਸਰ ਹੈ ਆਪਣੇ ਕੋਲ ਉਹ ਹੈ ਸੀ ਆਪਸ਼ਨ ਲਾਈਟ ਕੰਬੈਟ 에어ਕ੍ਰਾਫਟ ਤੇਜਸ ਜੋ ਹੈ ਇਹ ਇੱਕ ਲਾਈਟ ਕੰਬੈਟ 에어ਕ੍ਰਾਫਟ ਹੈ ਯਾਦ ਰੱਖਣਾ ਹੈ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਸੀ ਆਪਸ਼ਨ ਨੈਕਸਟ ਕੁਐਸਚਨ ਹੈ ਆਪਣੇ ਕੋਲ 10th ਨੰਬਰ ਕੁਐਸਚਨ 10 ਨੰਬਰ ਕੁਐਸਚਨ ਦਾ 8 ਡਿਗਰੀ ਚੈਨਲ ਸੈਪਰੇਟਸ ਵਿਚ ਆਫ ਦਾ ਫੋਲੋਇੰਗ ਯਾਨੀ 8 ਡਿਗਰੀ ਚੈਨਲ ਜੋ ਹੈ ਇਸ ਦੇ ਦੁਆਰਾ ਕਿਸ ਕੇਸ ਨੂੰ ਸੈਪਰੇਟ ਕੀਤਾ ਜਾਂਦਾ ਹੈ ਤੁਹਾਡੇ ਆਪਸ਼ਨ ਹੈ ਇੰਡੀਆ ਐਂਡ ਸ਼੍ਰੀਲੰਕਾ ਲਕਸ਼ਦਵੀਪ ਐਂਡ ਮੋਲੀਵਸ ਅੰਡੇਮਾਨ ਐਂਡ ਨਿਕੋਬਾਰ ਆਈਲੈਂਡਸ ਇੰਦਰਾ ਪੁਆਇੰਟ ਫਰਮ ਇੰਡੋਨੇਸ਼ੀਆ ਇਸ ਦਾ ਜਿਹੜਾ ਰਾਈਟ ਆਨਸਰ ਹੈ ਆਪਣੇ ਕੋਲ 10th ਨੰਬਰ ਕੁਐਸਚਨ ਦਾ ਉਹ ਹੈ ਬੀ ਆਪਸ਼ਨ ਲਕਸ਼ਦਵੀਪ ਫਰਮ ਮੋਲੀਵਸ ਲਕਸ਼ਦਵੀਪ ਔਰ ਮੋਲੀਵਸ ਨੂੰ ਸੈਪਰੇਟ ਕੀਤਾ ਜਾਂਦਾ ਹੈ 8 ਡਿਗਰੀ ਚੈਨਲ ਦੇ ਦੁਆਰਾ ਇਸ ਦਾ ਜ਼ਰ ਆਈਟਮ ਆਨਸਰ ਆਪਣੇ ਕੋਲ ਉਹ ਹੈ ਬੀ ਆਪਸ਼ਨ ਲਕਸ਼ਦਵੀਪ ਐਂਡ 몰ਦੀਵਜ਼ ਇਸ ਤੋਂ ਇਲਾਵਾ ਇੱਕ ਕੁਐਸ਼ਨ ਔਰ ਪੁੱਛਿਆ ਜਾਂਦਾ ਜਿਸ ਦਾ ਨਾਮ ਹੈ 10 ਡਿਗਰੀ ਚੈਨਲ 10 ਡਿਗਰੀ ਚੈਨਲ ਵੀ ਕਾਫੀ ਪੁੱਛਦੇ ਨੇ ਐਗਜ਼ਾਮ ਦੇ ਵਿੱਚ ਇਹ ਵੀ ਯਾਦ ਰੱਖਣਾ ਹੈ ਜੋ 10 ਡਿਗਰੀ ਚੈਨਲ ਹੈ ਇਹ ਸੈਪਰੇਟ ਕਰਦਾ ਹੈ ਅੰਡੇਮਾਨ ਨੂੰ ਨਿਕੋਬਾਰ ਤੋਂ ਅੰਡੇਮਾਨ ਐਂਡ ਨਿਕੋਬਾਰ ਨੂੰ ਸੈਪਰੇਟ ਕੀਤਾ ਜਾਂਦਾ ਕਿਸ ਦੇ ਦੁਆਰਾ 10 ਡਿਗਰੀ ਚੈਨਲ ਦੇ ਦੁਆਰਾ ਇਹ ਵੀ ਕਾਫੀ ਪੁੱਛਦੇ ਨੇ ਕਿਤਾਬ ਦੇ ਵਿੱਚ ਕੁਐਸ਼ਨ ਸੋ ਯਾਦ ਰੱਖਣਾ ਹੈ ਨੈਕਸਟ ਕੁਐਸ਼ਨ ਆਪਣੇ ਕੋਲ 11 ਨੰਬਰ ਕੁਐਸ਼ਨ ਵਿਚ ਆਫ ਦਾ ਫੋਲੋਇੰਗ ਆਰਟੀਕਲਸ ਆਫ ਦਾ ਇੰਡੀਅਨ ਕਨਸਟੀਟਿਊਸ਼ਨ ਡੀਲਸ ਵਿਦ ਦਾ ਸਪੈਸ਼ਲ ਪ੍ਰੋਵੀਜ਼ਨ ਵਿਦ ਰਿਸਪੈਕਟ ਟੂ ਦਾ ਸਟੇਟ ਆਫ ਅਸਾਮ ਯਾਨੀ ਇੰਡੀਅਨ ਕਨਸਟੀਟਿਊਸ਼ਨ ਦਾ ਕਿਹੜਾ ਆਰਟੀਕਲ ਹੈ ਜੋ ਕਿ ਅਸਾਮ ਸਟੇਟ ਦੇ ਨਾਲ ਐਸੋਸੀਏਟ ਹੈ ਸਪੈਸ਼ਲ ਪ੍ਰੋਵੀਜ਼ਨ ਦਿੱਤੀਆਂ ਗਈਆਂ ਨੇ ਇਸ ਦੇ ਵਿੱਚ ਇਸ ਆਰਟੀਕਲ ਦੇ ਦੌਰਾਨ ਯਾਨੀ ਇਸ ਆਰਟੀਕਲ ਦੇ ਵਿੱਚ ਸਪੈਸ਼ਲ ਪ੍ਰੋਵੀਜ਼ਨਸ ਦਿੱਤੀਆਂ ਗਈਆਂ ਨੇ ਸਟੇਟ ਆਫ ਅਸਾਮ ਨੂੰ ਇਹ ਕਿਹੜਾ ਆਰਟੀਕਲ ਹੈ ਜਿਹੜਾ ਡੀਲ ਕਰਦਾ ਹੈ ਅਸਾਮ ਸਟੇਟ ਦੇ ਨਾਲ ਤੁਹਾਡੇ ਆਪਸ਼ਨ ਆਰਟੀਕਲ 371 371 ਬੀ 371 ਸੀ ਔਰ 371 ਡੀ ਇਸ ਦਾ ਜਿਹੜਾ ਰਾਈਟ ਆਨਸਰ ਹੈ ਆਪਣੇ ਕੋਲ ਉਹ ਹੈ ਆਰਟੀਕਲ 371 ਬੀ ਇਸ ਦਾ ਆਨਸਰ ਹੈ ਬੀ ਆਪਸ਼ਨ ਆਰਟੀਕਲ 371 ਬੀ ਹੈ ਜਿਹੜਾ ਇਹ ਡੀਲ ਕਰਦਾ ਕਿਸ ਦੇ ਨਾਲ ਸਪੈਸ਼ਲ ਪ੍ਰੋਵੀਜ਼ਨ ਵਿਦ ਅ ਰਿਸਪੈਕਟ ਆਫ ਦਾ ਸਟੇਟ ਆਫ ਅਸਾਮ ਇਸ ਦਾ ਰਾਈਟ ਆਨਸਰ ਹੈ ਬੀ ਆਪਸ਼ਨ 371 ਬੀ ਇਸ ਤੋਂ ਇਲਾਵਾ ਤੁਸੀਂ ਇਹ ਯਾਦ ਰੱਖਣਾ ਹੈ ਇੱਕ ਸਟੇਟ ਹੈ ਜਿਸ ਦਾ ਨਾਮ ਹੈ ਨਾਗaland ਨਾਗaland ਸਟੇਟ ਜਿਹੜੀ ਇਸ ਦੇ ਨਾਲ ਜਿਹੜਾ ਆਰਟੀਕਲ ਡੀਲ ਕਰਦਾ ਉਹ ਹੈ 374 ਏ ਇਹ ਵੀ ਕਾਫੀ ਪੁੱਛਦੇ ਨੇ ਐਗਜ਼ਾਮ ਦੇ ਵਿੱਚ ਸਾਰੇ ਯਾਦ ਰੱਖਣ ਲਈ ਮੈਂ ਤੁਹਾਨੂੰ ਚਾਰ ਦੱਸੂਗਾ ਚਾਰੋਂ ਕੁਐਸਚਨ ਆ ਚੁੱਕੇ ਨੇ ਪੀਪੀਐਸਸੀ ਦੇ ਇਗਜ਼ਾਮ ਦੇ ਵਿੱਚ ਸਭ ਤੋਂ ਪਹਿਲਾ ਹੈ ਨਾਗaland ਨਾਗaland ਦਾ ਆਰਟੀਕਲ ਕਿਹੜਾ 371ਏ ਉਸ ਤੋਂ ਬਾਅਦ ਆਰਟੀਕਲ 371ਬੀ ਕਿਹਦੇ ਨਾਲ ਡੀਲ ਕਰਦਾ ਹੈ ਅਸਾਮ ਦੇ ਨਾਲ ਇਹ ਯਾਦ ਰੱਖਣਾ ਹੈ ਇਹ ਕੁਐਸਚਨ ਪੁੱਛਿਆ ਗਿਆ ਸੀ ਪੀਪੀਐਸਸੀ ਦੇ ਇਗਜ਼ਾਮ ਦੇ ਵਿੱਚ 371ਬੀ ਹੈ ਜਿਹੜਾ ਇਹ ਕਿਹਦੇ ਨਾਲ ਡੀਲ ਕਰਦਾ ਹੈ ਅਸਾਮ ਦੇ ਨਾਲ ਥਰਡ ਸਟੇਟ ਆਉਂਦੀ ਹੈ ਮਨੀਪੁਰ ਥਰਡ ਸਟੇਟ ਕਿਹੜੀ ਹੈ ਮਨੀਪੁਰ ਮਨੀਪੁਰ ਦੇ ਨਾਲ ਕਿਹੜਾ ਆਰਟੀਕਲ ਆਉਂਦਾ ਹੈ ਡੀਲ ਕਰਦਾ ਹੈ 371ਸੀ 371ਸੀ ਉਸ ਤੋਂ ਬਾਅਦ ਇੱਕ ਸਟੇਟ ਆਉਂਦੀ ਹੈ ਆਂਧਰਾ ਪ੍ਰਦੇਸ਼ ਅੰਧ੍ਰ ਪ੍ਰਦੇਸ਼ਾ ਇਸ ਇਨ ਆਰਟੀਕਲ ਕਿਹੜਾ ਡੀਲ ਕਰਦਾ 371 ਡੀ ਇਹ ਚਾਰੋਂ ਆਰਟੀਕਲ ਮੋਸਟ ਇੰਪੋਰਟੈਂਟ ਨੇ ਯਾਦ ਰੱਖਣੇ ਨੇ ਇਹਨਾਂ ਨੂੰ ਤੁਸੀਂ ਟ੍ਰਿਕ ਨਾਲ ਯਾਦ ਕਰ ਸਕਦੇ ਹੋ ਜਿਵੇਂ ਫੋਰ ਐਗਜ਼ਾਮਪਲ ਨਾਮਾ ਇਹਨਾਂ ਦਾ ਪਹਿਲਾ ਪਹਿਲਾ ਅੱਖਰ ਲੈਣਾ ਤੁਹਾਨੂੰ ਪਹਿਲਾ ਪਹਿਲਾ ਲੈਟਰ ਦੇ ਨਾਲ ਲੈਣਾ ਹੈ ਠੀਕ ਹੈ ਨਾਮਾ ਇਹਨਾਂ ਤੋਂ ਤੁਸੀਂ ਯਾਦ ਰੱਖ ਸਕਦੇ ਹੋ ਇਹਨਾਂ ਨੂੰ ਯਾਦ ਰੱਖਣਾ ਹੈ 371 ਤੋਂ ਲੈ ਕੇ 3ਏ ਤੋਂ ਲੈ ਕੇ 371ਏ ਤੋਂ ਲੈ ਕੇ 371ਡੀ ਤੱਕ ਇਹ ਕੁਐਸਚਨ ਕਾਫੀ ਰਿਪੀਟ ਹੁੰਦੇ ਨੇ ਯਾਦ ਰੱਖਣੇ ਨੇ ਨਾਮਾ ਨਗਲੈਂਡ ਅਸਾਮ ਮਨੀਪੁਰ ਆਂਧਰਾ ਪ੍ਰਦੇਸ਼ 373 एबीसी ऑलरेडी ਇੰਪੋਰਟੈਂਟ ਨੇ ਸੋ ਯਾਦ ਰੱਖਣੇ ਨੇ ਇਸ ਤੋਂ ਇਲਾਵਾ ਆਪਣੀ ਜਿਹੜੀ ਇੰਡੀਅਨ ਕਨਸਟੀਟਿਊਸ਼ਨ ਅਸੈਂਬਲੀ ਸੀ ਉਸ ਦੇ ਚੇਅਰਮੈਨ ਕੌਣ ਸੀ ਜਿਹੜੀ ਇੰਡੀਅਨ ਕਨਸਟੀਟਿਊਸ਼ਨ ਬਣਾਉਣ ਦੇ ਲਈ ਡਿਫੈਂਸ ਕਮੇਟੀ ਬਣੀ ਸੀ ਯਾਨੀ ਡਾਕਟਰ ਬੀ ਆਰ ਅੰਬੇਦਕਰ ਸੀ ਜਿਹੜੇ ਉਹਨਾਂ ਨੂੰ ਫਾਦਰ ਆਫ ਇੰਡੀਅਨ ਕਨਸਟੀਟਿਊਸ਼ਨ ਵੀ ਕਿਹਾ ਜਾਂਦਾ ਹੈ ਇੱਕ ਡਾਫਟਿੰਗ ਕਮੇਟੀ ਬਣਾਈ ਗਈ ਸੀ ਜਿਸ ਦੇ ਚੇਅਰਮੈਨ ਸੀ ਡਾਕਟਰ ਬੀ ਆਰ ਅੰਬੇਦਕਰ ਇਸ ਲਈ ਇਹਨਾਂ ਨੂੰ ਕਿਹਾ ਜਾਂਦਾ ਫਾਦਰ ਆਫ ਇੰਡੀਅਨ ਕਨਸਟੀਟਿਊਸ਼ਨ ਆ ਇਹ ਵੀ ਯਾਦ ਰੱਖਣਾ ਨੈਕਸਟ ਕੁਸ਼ਨ ਹੈ ਆਪਣੇ ਕੋਲ 12 ਨੰਬਰ ਕੁਸ਼ਨ ਵਿੱਚ ਵਨ ਆਫ ਦਾ ਫੋਲੋਇੰਗ ਇਜ਼ ਦਾ ਅਫੀਸ਼ੀਅਲ ਮਾਸਕੋਟ ਆਫ ਟੋਕੀਓ 2020 올림픽ਸ ਗੇਮਸ ਯਾਨੀ ਜਿਹੜਾ ਅਫੀਸ਼ੀਅਲ ਮਾਸਕੋਟ ਰੱਖਿਆ ਗਿਆ ਹੈ ਟੋਕੀਓ 올림픽ਸ ਲਈ 2020 ਦੇ ਲਈ ਉਹ ਕਿਹੜਾ ਰੱਖਿਆ ਗਿਆ ਸੀ ਤੁਹਾਡੇ ਆਪਸ਼ਨ ਹੈ ਸੂਰੰਗ ਵਿਨੇਸ਼ੀਅਸ ਦੇ ਮੋਰੇਜ਼ਾ ਔਰ ਦਾ ਹੇਅਰ ਦਾ ਪੋਲਰ ਬੀਅਰ ਐਂਡ ਦਾ ਲੈਪਰਡ ਔਰ ਲਾਸਟ ਆਪਸ਼ਨ ਹੈ ਆਪਣੇ ਕੋਲ ਮਰਾਇਟੋਵਾ ਇਸ ਦਾ ਜਿਹੜਾ ਰਾਈਟ ਆਨਸਰ ਹੈ ਆਪਣੇ ਕੋਲ ਉਹ ਹੈ ਡੀ ਆਪਸ਼ਨ ਮਰਾਇਟੋਵਾ ਮੈਰੀਟੋਵਾ ਜਿਹੜਾ ਇਹ ਅਫੀਸ਼ੀਅਲ ਮਾਸਕੋਟ ਰੱਖਿਆ ਗਿਆ ਹੈ ਟੋਕਿਓ 올림픽ਸ ਲਈ 2020 ਦੇ ਲਈ ਇਸ ਦਾ ਰਾਈਟ ਆਨਸਰ ਹੈ ਆਪਣੇ ਕੋਲ ਡੀ ਆਪਸ਼ਨ ਮੈਰੀਟੋਵਾ ਇਸ ਤੋਂ ਇਲਾਵਾ ਇੱਕ ਹੁੰਦੇ ਨੇ ਪੈਰਾ 올림픽 ਇੱਕ ਹੁੰਦੇ ਨੇ ਪੈਰਾ 올림픽 ਇਹਨਾਂ ਦਾ ਕੁਐਸਚਨ ਤੁਹਾਡੇ ਤੋਂ ਐਗਜ਼ਾਮ ਦੇ ਵਿੱਚ ਜ਼ਰੂਰ ਆਏਗਾ ਪੈਰਾ 올림픽ਸ ਦਾ ਜਿਹੜਾ ਮਾਸਕੋਟ ਅਫੀਸ਼ੀਅਲ ਰੱਖਿਆ ਗਿਆ ਹੈ ਉਸ ਦਾ ਨਾਮ ਹੈ ਸੋਮੈਟੀ ਇਹ ਕੁਐਸਚਨ ਵੀ ਯਾਦ ਰੱਖਣਾ ਇੰਪੋਰਟੈਂਟ ਹੈ ਸੋਮੈਟੀ ਜਿਹੜਾ ਰੱਖਿਆ ਗਿਆ ਹੈ ਇਹ ਪੈਰਾ ਗੇਮਸ ਦੇ ਲਈ ਰੱਖਿਆ ਗਿਆ ਹੈ ਸੋਮੈਟੀ ਪੈਰਾ 올림픽ਸ ਗੇਮਸ ਦੇ ਲਈ ਨੈਕਸਟ ਸਵਾਲ ਸਨੇ ਆਪਣੇ ਕੋਲ 13 ਨੰਬਰ ਕੁਸ਼ਨ ਹੈ ਵਟ ਇਜ਼ ਦਾ ਇੰਡੀਆਜ਼ ਦਾ ਫਰਸਟ ਇੰਡੀਜੀਨੀਅਸ 에ਅਰਕ੍ਰਾਫਟ ਕੈਰੀਅਰ ਕਾਲਡ ਆ ਯਾਨੀ ਇੰਡੀਆ ਦਾ ਪਹਿਲਾ ਇੰਡੀਜੀਨੀਅਸ 에ਅਰਕ੍ਰਾਫਟ ਕੈਰੀਅਰ ਦਾ ਨਾਮ ਪੁੱਛਿਆ ਗਿਆ ਤੁਹਾਡੇ ਆਪਸ਼ਨ ਨੇ ਵਿਕਰਾਂਤ ਉਸ ਤੋਂ ਬਾਅਦ ਵਿਰਾਟ ਵੈਬਵ ਔਰ ਫਲਾਸਟਾ ਵਰਹਾ ਇਸ ਦਾ ਜਿਹੜਾ ਰਾਈਟ ਆਨਸਰ ਹੈ ਆਪਣੇ ਕੋਲ ਉਹ ਹੈ ਵਿਕਰਾਂਤ ਯਾਨੀ ਜਿਹੜਾ ਵਿਕਰਾਂਤ ਹੈ ਆਈਐਨਐਸ ਵਿਕਰਾਂਤ ਇਹ ਇੰਡੀਆ ਦੇ ਦੁਆਰਾ ਖੁਦ ਦੇ ਦੁਆਰਾ ਬਣਾਇਆ ਗਿਆ ਪਹਿਲਾ 에ਅਰਕ੍ਰਾਫਟ ਕੈਰੀਅਰ ਹੈ ਜਿਸ ਦਾ ਨਾਮ ਹੈ ਵਿਕਰਾਂਤ ਇਸ ਦਾ ਰਾਈਟ ਆਨਸਰ ਹੈ ਏ ਆਪਸ਼ਨ ਵਿਕਰਾਂਤ ਇਸ ਤੋਂ ਇਲਾਵਾ ਇਸ ਤੋਂ ਪਹਿਲਾਂ ਓਨਲੀ ਇੰਡੀਆ ਦੇ ਕੋਲ ਇੱਕ ਸੀ ਜਿਸ ਦਾ ਨਾਮ ਸੀ ਵਿਕਰਮ ਦਿੱਤਿਆ ਵਿਕਰਮ ਦਿੱਤਿਆ ਸੀ ਜਿਹੜਾ ਵਿਕਰਮ ਦਿੱਤਿਆ ਇਹ ਓਨਲੀ ਸੀ ਇੰਡੀਆ ਦੇ ਕੋਲ ਬਟ ਇਹ ਇੰਡੀਆ ਦੇ ਦੁਆਰਾ ਖੁਦ ਦੇ ਦੁਆਰਾ ਨਹੀਂ ਬਣਾਇਆ ਗਿਆ ਇੰਡੀਆ ਦੇ ਦੁਆਰਾ ਇਹ ਪਰਚੇਸ ਕੀਤਾ ਗਿਆ ਸੀ ਕਿਸ ਦੇ ਦੁਆਰਾ ਕਿਸ ਤੋਂ ਪਰਚੇਸ ਕੀਤਾ ਗਿਆ ਸੀ ਰਸ਼ੀਆ ਤੋਂ ਰਸ਼ੀਆ ਤੋਂ ਪਰਚੇਸ ਕੀਤਾ ਗਿਆ ਸੀ ਆਈਐਨਐਸ ਵਿਕਰਮ ਦਿੱਤਿਆ ਬਟ ਇੰਡੀਆ ਦੇ ਦੁਆਰਾ ਖੁਦ ਹੀ ਬਣਾਇਆ ਗਿਆ ਜਿਸ ਦਾ ਨਾਮ ਹੈ ਵਿਕਰਾਂਤ ਆਈਐਨਐਸ ਵਿਕਰਾਂਤ ਜਿਹਨੂੰ ਆਪਾਂ ਬੋਲਦੇ ਹਾਂ ਇਹ ਇੰਡੀਆ ਦਾ ਪਹਿਲਾ एयरक्राफ्ट ਹੋਏਗਾ ਇੰਡੀਜਿਨियसਲੀ ਕੈਰੀਅਰ ਆ ਇਸ ਦਾ ਰਾਈਟ ਆਨਸਰ ਹੈ ਏ ਆਪਸ਼ਨ ਵਿਕਰਾਂਤ ਵੈਰੀ ਵੈਰੀ ਇੰਪੋਰਟੈਂਟ ਕੁਸਚਨ ਨੈਕਸਟ ਕੁਸਚਨ ਆਪਣੇ ਕੋਲ 14th ਨੰਬਰ ਕੁਸਚਨ 14 ਨੰਬਰ ਕੁਸਚਨ ਗ੍ਰੈਗ ਬਾਰਕਲੇ ਇਹ ਰੀਸੈਂਟਲੀ ICC ਇੰਟਰਨੈਸ਼ਨਲ ਕ੍ਰਿਕਟ ਕੌਂਸਲ ਜਿਹੜੀ ਹੈਗੀ ਹੈ ਉਸ ਦੇ ਚੇਅਰਮੈਨ ਬਣੇ ਨੇ ਇਹ ਕਿਸ ਦੇਸ਼ ਤੋਂ ਬਿਲੋਂਗ ਕਰਦੇ ਨੇ ਤੁਹਾਡੇ ਆਪਸ਼ਨ ਨੇ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਔਰ ਸਾਊਥ ਅਫਰੀਕਾ ਇਸ ਦਾ ਰਾਈਟ ਆਨਸਰ ਆਪਣੇ ਕੋਲ ਉਹ ਹੈ ਨਿਊਜ਼ੀਲੈਂਡ ਇਹ ਕੁਐਸਚਨ ਜਿਹੜਾ ਰੀਸੈਂਟਲੀ ਵਕਫ ਬੋਰਡ ਤੋਂ ਲਿਆ ਗਿਆ ਵਕਫ ਬੋਰਡ ਦਾ ਐਗਜ਼ਾਮ ਹੋਇਆ ਸੀ ਉਸ ਦੇ ਵਿੱਚ ਇਹ ਕੁਐਸਚਨ ਪੁੱਛਿਆ ਗਿਆ ਸੀ ਜਿਸ ਦੇ ਵਿੱਚ ਪੁੱਛਿਆ ਗਿਆ ਸੀ ਗ੍ਰੈਗ ਬਾਰਕਲੇ ਇਹ ਰੀਸੈਂਟਲੀ ਆਈਸੀਸੀ ਇੰਟਰਨੈਸ਼ਨਲ ਕ੍ਰਿਕਟ ਜਿਹੜੀ ਕਾਉਂਸਲ ਹੈ ਇਸ ਦੇ ਚੇਅਰਮੈਨ ਬਣੇ ਨੇ ਇਹ ਕਿਸ ਦੇਸ਼ ਤੋਂ ਬਿਲੋਂਗ ਕਰਦੇ ਨੇ ਇਹਨਾਂ ਦਾ ਜਿਹੜਾ ਦੇਸ਼ ਹੈ ਉਹ ਹੈ ਨਿਊਜ਼ੀਲੈਂਡ ਇਸ ਦਾ ਰਾਈਟ ਆਨਸਰ ਹੈ ਆਪਣੇ ਕੋਲ ਬੀ ਆਪਸ਼ਨ ਨਿਊਜ਼ੀਲੈਂਡ ਇਸ ਤੋਂ ਇਲਾਵਾ ਤੁਸੀਂ ਇਹ ਵੀ ਯਾਦ ਰੱਖਣਾ ਹੈ ਇੰਟਰਨੈਸ਼ਨਲ ਕ੍ਰਿਕਟ ਕਾਉਂਸਲ ਜਿਹੜੀ ਹੈਗੀ ਹੈ ਇਸ ਦਾ ਜਿਹੜਾ ਹੈੱਡਕੁਆਟਰ ਕਿੱ ਇਹ ਵੀ ਯਾਦ ਰੱਖਣਾ ਹੈ ਯੂਏ ਦੇ ਵਿੱਚ ਲੋਕੇ ਜਿਹੜਾ ਦੁਬਈ ਯੂਏ ਦੀ ਕੈਪੀਟਲ ਕੀ ਹੈ ਆਬੂ ਦਾਬੀ ਆਬੂ ਦਾਬੀ ਜਿਹੜੀ ਹੈ ਕੈਪੀਟਲ ਹੈ ਕਿਉਂਕਿ ਯੂਏ ਦੀ ਔਰ ਇਹਦੀ ਕਰੰਸੀ ਕੀ ਹੈ ਦਰਹਮ ਹੈ ਦਰਹਮ ਇਹ ਕਰੰਸੀ ਹੈ ਯੂਏ ਦੀ ਇਹ ਵੀ ਯਾਦ ਰੱਖਣਾ ਹੈ ਨੈਕਸਟ ਕੁਸ਼ਨ ਹੈ ਆਪਣੇ ਕੋਲ 15 ਨੰਬਰ ਦਾ ਕੁਸ਼ਨ ਹੈ ਇਫ ਅ ਪੰਚਾਇਤ ਇਜ਼ ਡਿਸਾਲਵਡ ਇਲੈਕਸ਼ਨਸ ਆਰ ਟੂ ਬੀ ਹੈਲਡ ਵਿਦੀਨ ਅ ਪੀਰੀਅਡ ਆਫ ਯਾਨੀ ਅਗਰ ਪੰਚਾਇਤ ਡਿਸਾਲਵ ਹੋ ਜੇ ਤਾਂ ਕਿੰਨੇ ਸਮੇਂ ਦੇ ਅੰਦਰ ਅੰਦਰ ਇਲੈਕਸ਼ਨਸ ਫੇਰ ਤੋਂ ਕਰਵਾਉਣੀਆਂ ਕੰਪਲਸਰੀ ਨੇ ਕਿੰਨੇ ਪੀਰੀਅਡ ਦੇ ਵਿੱਚ ਵਿੱਚ ਕੰਪਲਸਰੀ ਨੇ ਦੁਬਾਰਾ ਤੋਂ ਇਲੈਕਸ਼ਨਸ ਕਰਵਾਉਣੀਆਂ ਤੁਹਾਡੇ ਆਪਸ਼ਨ ਨੇ 1 ਮਹੀਨਾ 3 ਮਹੀਨੇ 6 ਮਹੀਨੇ ਜਾਂ ਫਿਰ 1 ਸਾਲ ਇਸ ਦਾ ਜਿਹੜਾ ਰਾਈਟ ਆਨਸਰ ਹੈ ਆਪਣੇ ਕੋਲ ਉਹ ਹੈ ਸੀ ਆਪਸ਼ਨ 6 ਮਹੀਨੇ 6 ਮਹੀਨੇ ਦੇ ਵਿੱਚ ਵਿੱਚ ਅਗਰ ਕਿਸੇ ਸਟੇਟ ਦੇ ਵਿੱਚ ਕੋਈ ਵੀ ਪੰਚਾਇਤ ਡਿਸੋਲਵ ਹੋ ਜੇ ਤਾਂ 6 ਮਹੀਨੇ ਦੇ ਅੰਦਰ ਅੰਦਰ ਉੱਥੇ ਫੇਰ ਤੋਂ ਇਲੈਕਸ਼ਨਸ ਕਰਵਾਉਣੀਆਂ ਪੈਣਗੀਆਂ ਇਸ ਦਾ ਰਾਈਟ ਆਨਸਰ ਹੈ ਆਪਣੇ ਕੋਲ ਸੀ ਆਪਸ਼ਨ 6 ਮਹੀਨੇ ਨੇक्स्ट ਕੁਐਸਚਨ ਆਪਣੇ ਕੋਲ 16 ਨੰਬਰ ਕੁਐਸਚਨ ਆਇਡੈਂਟੀਫਾਈ ਦਾ ਲੀਡਰ ਆਫ ਦਾ ਦਲ ਖਾਲਸਾ ਦਲ ਖਾਲਸਾ ਜੋ ਹੈ ਇਸ ਦੇ ਲੀਡਰ ਕੌਣ ਸੀ ਕੌਣ ਬਣੇ ਸੀ ਇਸ ਦਲ ਖਾਲਸਾ ਦੇ ਲੀਡਰ ਤੁਹਾਡੇ ਆਪਸ਼ਨ ਨੇ ਬਾਬਾ ਦੀਪ ਸਿੰਘ ਚੜਤ ਸਿੰਘ ਸ਼ੁਕਰ ਚੱਕੀਆ ਜੱਸਾ ਸਿੰਘ ਆਲੂਵਾਲੀਆ ਅਕਾਲੀ ਫੁੱਲਾ ਸਿੰਘ ਇਸ ਦਾ ਜਿਹੜਾ ਰਾਈਟ ਆਨਸਰ ਹੈ ਆਪਣੇ ਕੋਲ ਉਹ ਹੈ ਸੀ ਆਪਸ਼ਨ ਜੱਸਾ ਸਿੰਘ ਆਲੂਵਾਲੀਆ ਜੱਸਾ ਸਿੰਘ ਆਲੂਵਾਲੀਆ ਨੇ ਜਿਹੜੇ ਇਹ ਬਣੇ ਸੀ ਲੀਡਰ ਆਫ ਦਲ ਖਾਲਸਾ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਸੀ ਆਪਸ਼ਨ ਜੱਸਾ ਸਿੰਘ ਆਲੂਵਾਲੀਆ ਨੈਕਸਟ ਕੁਐਸਚਨ ਆਪਣੇ ਕੋਲ 17 ਨੰਬਰ ਕੁਐਸਚਨ ਹੂ ਵਾਸ ਅਪੁਆਇੰਟਡ ਐਸ ਦਾ ਚੇਅਰਮੈਨ ਐਂਡ ਪ੍ਰੈਜ਼ੀਡੈਂਟ ਆਫ ਦਾ ਬੋਰਡ ਆਫ ਐਡਮਿਨਿਸਟ੍ਰੇਸ਼ਨ ਇਨ ਦਾ ਪੰਜਾਬ ਯਾਨੀ ਜੋ ਬੋਰਡ ਸੀ ਐਡਮਿਨਿਸਟ੍ਰੇਸ਼ਨ ਇਨ ਦਾ ਪੰਜਾਬ ਦੇ ਵਿੱਚ ਇਸ ਦੇ ਜਿਹੜੇ ਪ੍ਰੈਜ਼ੀਡੈਂਟ ਬਣੇ ਸੀ ਰਾਸ਼ਟਰਪਤੀ ਬਣੇ ਸੀ ਯਾਨੀ ਪ੍ਰੈਜ਼ੀਡੈਂਟ ਯਾਨੀ ਚੇਅਰਮੈਨ ਬਣੇ ਸੀ ਉਹ ਕੌਣ ਬਣੇ ਸੀ ਇਸ ਐਡਮਿਨਿਸਟ੍ਰੇਸ਼ਨ ਇਨ ਦਾ ਪੰਜਾਬ ਦੇ ਵਿੱਚ ਤੁਹਾਡੇ ਆਪਸ਼ਨ ਨੇ ਹੈਨਰੀ ਲਾਰੈਂਸ ਜੋਹਨ ਲਾਰੈਂਸ ਜੋਹਨ ਨਿਕੋਲਸਨ ਜਾਂ ਫਿਰ ਚਾਰਲਸ ਨੈਪੀਅਰ ਇਸ ਦਾ ਜਿਹੜਾ ਰਾਈਟ ਆਨਸਰ ਹੈ ਆਪਣੇ ਕੋਲ ਉਹ ਹੈ ਏ ਆਪਸ਼ਨ ਹੈਨਰੀ ਲੌਰੈਂਸ ਹੈਨਰੀ ਲੌਰੈਂਸ ਨੇ ਜਿਹੜੇ ਇਹਨਾਂ ਨੂੰ ਅਧਿਐਕਸ਼ ਬਣਾਇਆ ਗਿਆ ਸੀ ਬੋਰਡ ਆਫ ਐਡਮਿਨਿਸਟ੍ਰੇਸ਼ਨ ਪੰਜਾਬ ਦੇ ਵਿੱਚ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਏ ਆਪਸ਼ਨ ਹੈਨਰੀ ਲੌਰੈਂਸ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਨੈਕਸਟ ਛੋਚਨਾ ਆਪਣੇ ਕੋਲ 18 ਨੰਬਰ ਕੁਐਸਚਨ ਪੁੰਨੇ ਅਗਰਕਰ ਰਿਸਰਚ ਇੰਸਟੀਟਿਊਟ ਹੈਗਾ ਜਿਹੜਾ ਪੁੰਨੇ ਦੇ ਵਿੱਚ ਇਹਨਾਂ ਦੇ ਦੁਆਰਾ ਇੱਕ ਨਿਊ ਹਾਈ ੀਲਡ ਮੈਕਸ चौहठ अठतर यह वरायटी है जी बनाई गई है डिवेलप की गई है यह किस चीज़ की है यानी कि फसल है जिसकी एक वरायटी है जिसका नाम है हाई जीड मैक्स वरायटी जिसका नाम है चौहट अठत् यह किस चीज़ की न्यू वरायट है तो ऑप्शन है राइस, वीट मिलट या फिर मेज इसका जो राइट है अपना वह है बी ऑप्शन वेटा ਯਾਨੀ ਜੋ ਕਣਕ ਹੁੰਦੀ ਹੈ ਉਸੇ ਇੱਕ ਨਿਊ ਵੈਰਾਈਟੀ ਡਿਵੈਲਪ ਕੀਤੀ ਗਈ ਹੈ ਅਗਰਕਰ ਇੰਸਟੀਚਿਊਟ ਦੇ ਦੁਆਰਾ ਰਿਸਰਚ ਇੰਸਟੀਚਿਊਟ ਦੇ ਦੁਆਰਾ ਜੋ ਕਿ ਲੋਕੇਟਡ ਹੈ ਪੁਨੇ ਦੇ ਵਿੱਚ ਇਹਨਾਂ ਦੇ ਦੁਆਰਾ ਨਿਊ ਜਿਹੜੀ ਵੈਰਾਈਟੀ ਆ ਵੀਟ ਦੀ ਉਹ ਡਿਵੈਲਪ ਕੀਤੀ ਗਈ ਹੈ ਖੋਜ ਕੀਤੀ ਗਈ ਹੈ ਜਿਸ ਦਾ ਨਾਮ ਹੈ high yield max 6478 variety ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਵੀ ਆਪਸ਼ਨ ਵੇਟ ਇਹ ਕੁਐਸਚਨ ਤੁਹਾਡੇ ਪੰਜਾਬ ਪਟਵਾਰੀ ਦੇ ਇਗਜ਼ਾਮ ਦੇ ਵਿੱਚ ਆਉਣ ਦੇ ਪੂਰੇ ਪੂਰੇ ਚਾਂਸ ਨੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਐਗਰੀਕਲਚਰ ਤੋਂ ਉਸ ਦੇ ਵਿੱਚ 10 ਕੁਐਸਚਨ ਪੁੱਛੇ ਜਾਣਗੇ ਇਸ ਲਈ ਤੁਹਾਨੂੰ ਇਸ ਨੂੰ ਨੋਟ ਕਰਕੇ ਜ਼ੋਰ ਰੱਖ ਲੈਣਾ ਹੈ ਇਸ ਦੇ ਇਸ ਦਾ ਕੁਐਸਚਨ ਤੁਹਾਡੇ ਇਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਸੋ ਯਾਦ ਰੱਖਣਾ ਹੈ नेक्स्ट क्वेश्चन अपने कोई नंबर क्वेश्चन हु इज़ द ऑथर ऑफ द बुक मेरी प्रारंभिक कहानिया यानी एक बुक लिखी गई है रिसेंटली मेरी प्रारंभिक कहानिया इस लिखिया किसने ऑप्शन है सुरेश प्रभु नितिन गडकरी रमेश पोखरियाल निशंक और पीयूष गोयल इस बुक न लिखा गया है रमेश पोखरियाल निशंक के द्वारा इसका जो राइट आंसर है अपना वो है सी ऑप्शन रमेश पोखरियाल निशंक यही इंडिया के एच आर डी मिनिस्टर ने जो एच आर डी मिनिस्ट्री है इसन रीनेम किया गया रीसेंटली तो सबू पता होगा इसका न्यू नेम की रख्या गया ਮਿਨਿਸਟਰੀ ਆਫ ਐਜੂਕੇਸ਼ਨ ਮਿਨਿਸਟਰੀ ਆਫ ਐਜੂਕੇਸ਼ਨ ਰੀਨੇਮ ਕੀਤਾ ਗਿਆ ਹੈ ਚਾੜੀ ਮਿਨਿਸਟਰੀ ਨੂੰ ਹਿਊਮਨ ਰਿਸੋਰਸ ਡਿਵੈਲਪਮੈਂਟ ਮਿਨਿਸਟਰੀ ਸੀ ਪਹਿਲਾਂ ਬਟ ਇਸ ਨੂੰ ਰੀਨੇਮ ਕੀਤਾ ਗਿਆ ਹੈ ਪਹਿਲਾਂ ਵੀ ਇਸ ਦਾ ਨਿਊ ਪਹਿਲਾਂ ਵੀ ਇਸ ਦਾ ਨੇਮ ਸੀ ਮਿਨਿਸਟਰੀ ਆਫ ਐਜੂਕੇਸ਼ਨ ਬਟ ਕੁਝ ਸਮੇਂ ਦੇ ਲਈ ਇਸ ਦਾ ਨਾਮ ਚੇਂਜ ਕੀਤਾ ਗਿਆ ਸੀ ਐਚ ਆਰ ਡੀ ਮਿਨਿਸਟਰੀ ਰੱਖਿਆ ਗਿਆ ਸੀ ਬਟ ਫਿਰ ਤੋਂ ਇਹਨਾਂ ਦੇ ਦੁਆਰਾ ਇਸ ਨੂੰ ਰੀਨੇਮ ਕੀਤਾ ਗਿਆ ਹੈ ਮਿਨਿਸਟਰੀ ਆਫ ਐਜੂਕੇਸ਼ਨ ਇਸ ਦਾ ਨਿਊ ਨੇਮ ਰੱਖਿਆ ਗਿਆ ਰੀਨੇਮ ਕੀਤਾ ਗਿਆ ਹੈ ਇਸ ਦੇ ਜਿਹੜੇ ਮਿਨਿਸਟਰ ਨੇ ਕੌਣ ਨੇ ਰਮੇਸ਼ ਪੋਖਰੀਆਲ ਨਿਸ਼ੰਕ ਇਹ ਨੇ ਐਚ ਆਰ ਡੀ ਮਿਨਿਸਟਰੀ ਇੰਡੀਆ ਦੇ ਐਜੂਕੇਸ਼ਨ ਮਿਨਿਸਟਰ ਆਫ ਇੰਡੀਆ ਇਹ ਵੀ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਹੈ ਲਾਸਟ ਕੁਐਸਚਨ 20 ਨੰਬਰ ਕੁਐਸਚਨ ਹੂ ਹੈਜ਼ ਬੀਨ ਅਪੋਇੰਟਡ ਐਸ ਅ ਚੇਅਰਮੈਨ ਆਫ ਦਾ ਗਵਰਨਿੰਗ ਕਾਉਂਸਲ ਆਫ ਦਾ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਜਿਹੜਾ ਹੈਗਾ ਇਸ ਦੀ ਜਿਹੜੀ ਗਵਰਨਿੰਗ ਕਾਉਂਸਲ ਹੈ ਇਸੇ ਵਿੱਚ ਚੇਅਰਮੈਨ ਕੌਣ ਬਣਨੇ ਹਨ ਯਾਨੀ ਗਵਰਨਿੰਗ ਕਾਉਂਸਲ ਦੇ ਵਿੱਚ ਚੇਅਰਮੈਨ ਕਿਸ ਨੂੰ ਬਣਾਇਆ ਗਿਆ ਹੈ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਯਾਦ ਰੱਖਣਾ ਹੈ ਇਸ ਦਾ ਹੈਡਕ quartਰ ਕਿੱਥੇ ਹੈ ਇਸ ਦਾ ਇਹ ਜਿਆਦਾਿਕਣਾ ਹੈ ਆਪਾਂ ਨੂੰ ਪੁੱਛਿਆ ਗਿਆ ਹੈ ਜੇ ਚੇਅਰਮੈਨ ਕੌਣ ਬਣਨੇ ਤੁਹਾਡੇ ਆਪਸ਼ਨ ਨੇ ਸ਼ੇਖਰ ਕਪੂਰ ਅਨਿਲ ਵਾਸੂ ਆਸ਼ੂਤੋਸ਼ ਗਵਾਰੀਕਰ ਜਾਂ ਫਿਰ ਰਾਜਕੁਮਾਰ ਹੇਰਾਨੀ ਇਸ ਦਾ ਜਿਹੜਾ ਰਾਈਟ ਆਨਸਰ ਹੈ ਆਪਣਾ ਉਹ ਹੈ ਏ ਆਪਸ਼ਨ ਸ਼ੇਖਰ ਕਪੂਰ ਸ਼ੇਖਰ ਕਪੂਰ ਨੂੰ ਪੁਆਇੰਟ ਕੀਤਾ ਗਿਆ ਹੈ ਐਜ਼ ਦਾ ਨਿਊ ਚੇਅਰਮੈਨ ਆਫ ਦਾ ਗਵਰਨਿੰਗ ਕਾਉਂਸਲ ਆਫ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਇਸ ਦਾ ਰਾਈਟ ਆਨਸਰ ਹੈ ਆਪਣਾ ਏ ਆਪਸ਼ਨ ਸ਼ੇਖਰ ਕਪੂਰ ਇਹ ਕੁਐਸਚਨ ਤੁਹਾਡੇ ਸਭ ਦੇ ਲਈ ਹੈ ਜਿਸ ਦਾ ਆਨਸਰ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਦੱਸਣਾ ਹੈ ਹੂ ਹੈਜ਼ ਬੀਨ ਆਨਰਡ ਵਿਦ ਦਾ ਯੂਨਾਈਟਿਡ ਨੇਸ਼ਨਸ ਡਿਵੈਲਪਮੈਂਟ ਪ੍ਰੋਗਰਾਮਸ ਪ੍ਰੋਗਰਾਮ ਪ੍ਰੈਸਟੀਜੀਅਸ ਐਸਡੀਜੀ ਸਪੈਸ਼ਲ ਹਿਊਮਨਿਟੇਰੀਅਨ ਐਕਸ਼ਨ ਅਵਾਰਡ ਯਾਨੀ ਕਿਸ ਨੂੰ ਰੀਸੈਂਟਲੀ ਸਨਮਾਨਿਤ ਕੀਤਾ ਗਿਆ ਹੈ ਇੱਕ ਅਵਾਰਡ ਦੇ ਨਾਲ ਜਿਸ ਦਾ ਨਾਮ ਹੈ ਯੂਨਾਈਟਿਡ ਨੇਸ਼ਨਸ ਡਿਵੈਲਪਮੈਂਟ ਪ੍ਰੋਗਰਾਮਸ ਪ੍ਰੈਸਟੀਜੀਅਸ ਐਸਡੀਜੀ स्पेशल ह्यूमैनिटेरियन एक्शन अवार्ड एक इनु ਦਿੱਤਾ ਗਿਆ ਰੀਸੈਂਟਲੀ ਤੁਹਾਡੇ ਆਪਸ਼ਨ ਨੇ ਸੋਨੂ ਸੂਦ ਅਜੇ ਦੇਵਗਨ ਅਭਿਸ਼ੇਕ ਬਚਨ ਜਾਂ ਫਿਰ ਸੁਲਮਾਨ ਖਾਨ ਅਨਸਰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਦੱਸਣਾ ਹੈ ਵੈਰੀ ਇੰਪੋਰਟੈਂਟ ਕੁਸਚਨ ਹੈ ਕਿਉਂਕਿ ਇਹ ਜਿਹੜੇ ਪਰਸਨ ਇਹ ਪੰਜਾਬ ਤੋਂ ਬਿਲੋਂਗ ਕਰਦੇ ਨੇ ਤੁਸੀਂ ਇਸ ਆਨਸਰ ਨੂੰ ਮੈਨੂੰ ਕਮੈਂਟ ਬਾਕਸ ਦੇ ਵਿੱਚ ਵੀ ਲਿਖ ਕੇ ਜਰ ਦੱਸਣਾ ਹੈ ਇਸ ਤੋਂ ਇਲਾਵਾ ਤੁਸੀਂ ਇਹ ਵੀ ਦੱਸਣਾ ਹੈ ਤੁਹਾਨੂੰ 50 ਨੰਬਰਾਂ ਦੇ ਵਿੱਚੋਂ ਕਿੰਨੇ ਮਾਰਕਸ ਨੇੜੇ ਉਹ ਰਿਸੀਵ ਕੀਤੇ ਨੇ ਪ੍ਰਾਪਤ ਕੀਤੇ ਨੇ ਇਸ ਟੈਸਟ ਦੇ ਵਿੱਚ 20 ਕੁਐਸਚਨਾਂ ਦੇ ਵਿੱਚੋਂ ਇਸ ਦਾ ਵੀ ਤੁਸੀਂ ਨੰਬਰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਦੱਸਣਾ ਹੈ ਕਿੰਨੇ ਕੁਐਸਚਨ ਤੁਹਾਨੂੰ ਸਹੀ ਕੀਤੇ ਨੇ ਕਿੰਨੇ ਗਲਤ ਕੀਤੇ ਨੇ ਸਾਰਾ ਕੁਝ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਦੱਸਣਾ ਹੈ ਬਿਲਕੁਲ ਸਹੀ ਸਹੀ ਦੱਸਣਾ ਹੈ ਤਾਂ ਕਿ ਤੁਹਾਨੂੰ ਇਹ ਫੀਲ ਹੋਏ ਕਿ ਤੁਹਾਡੇ ਤੁਸੀਂ ਕਿੱਥੇ ਸਟੈਂਡ ਕਰਦੇ ਹੋ ਤੁਹਾਨੂੰ ਇਸ ਤੋਂ ਪਤਾ ਲੱਗੇਗਾ ਇਹਨਾਂ 20 ਕੁਐਸਚਨ ਤੋਂ ਕਿ ਤੁਹਾਡੀ ਪੋਜੀਸ਼ਨ ਕਿੱਥੇ ਆਂਦੀ ਹੈ ਪੰਜਾਬ ਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਹੈ ਕਿ 1.5 ਲੱਖ ਬੱਚਾ ਫਾਰਮ ਪਰਨ ਜਾ ਰਿਹਾ ਹੈ ਇਸ ਪੋਸਟ ਦੇ ਲਈ ਜਿਸ ਦਾ ਨਾਮ ਹੈ ਨਵੇਂ ਤਹਿਸੀਲਦਾਰ ਪੋਸਟਾਂ ਕਿੰਨੇ ਨੇ 78 ਇਸ ਲਈ ਤੁਹਾਨੂੰ ਧਿਆਨ ਵਿੱਚ ਰੱਖਣਾ ਹੈ ਕਿੰਨੇ ਕੁਐਸਚਨ ਤੁਹਾਡੇ ਸਹੀ ਹੋ ਰਹੇ ਨੇ ਇਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਦੱਸਣਾ ਸੋ ਇਹ ਸੀ ਮੌਕ ਟੈਸਟ ਨੰਬਰ 1 ਜਿਸ ਦੇ ਵਿੱਚ ਆਪਾਂ ਨੇ ਬੀ ਪਲੱਸ ਕੁਐਸਚਨ ਕਵਰ ਕੀਤੇ ਨੇ ਜਿਸ ਦੇ ਨਾਲ ਐਕਸਟਰਾ ਫੈਕਟਸ ਵੀ ਆਪਾਂ ਨੇ ਕਾਫੀ ਜਾਣੇ ਨੇ ਅਗਰ ਤੁਹਾਨੂੰ ਇਹ ਮੌਕ ਟੈਸਟ ਸੀਰੀਜ਼ ਡੇਲੀ ਚਾਹੀਦੀ ਹੈ ਤਾਂ ਇਸ ਦੇ ਉੱਪਰ ਘਟੋ-ਘਟ 500 ਬੱਚੇ ਲਾਈਵ ਹੋਣੇ ਚਾਹੀਦੇ ਨੇ ਤਾਂ ਇਸ ਮੌਕ ਟੈਸਟ ਸੀਰੀਜ਼ ਨੂੰ ਕੰਟੀਨਿਊ ਕੀਤਾ ਜਾਏਗਾ ਕਿਉਂਕਿ ਕਾਫੀ ਸਟੂਡੈਂਟਸ ਦੇ ਦੁਆਰਾ ਇਹੇ ਡਿਮਾਂਡ ਕੀਤੀ ਗਈ ਸੀ ਕਿ ਸਰ ਸਪੈਸ਼ਲ ਮੌਕ ਟੈਸਟ ਸੀਰੀਜ਼ ਸਟਾਰਟ ਕੀਤੀ ਗਈ ਚਾਹੇ ਪੰਜਾਬ ਨਹਿਬ ਤਹਿਸੀਲਦਾਰ ਐਗਜ਼ਾਮ ਦੇ ਲਈ ਇਸ ਲਈ ਇਹ ਮੌਕ ਟੈਸਟ ਪਹਿਲਾ ਮੈਂ ਤੁਹਾਡੇ ਤੱਕ ਲੈ ਕੇ ਆਏ ਆ ਇਸ ਲਈ ਤੁਹਾਨੂੰ ਇਹ ਵੀਡੀਓ ਨੂੰ ਇੰਨਾ ਸ਼ੇਅਰ ਕਰਨਾ ਹੈ ਤਾਂ ਕਿ 26 ਦਸੰਬਰ ਤੋਂ ਜਦੋਂ ਆਪਾਂ ਫੇਰ ਤੋਂ ਮੌਕ ਟੈਸਟ ਦੇ ਵਿੱਚ ਮਿਲਾਂਗੇ ਉਸ ਦੇ ਵਿੱਚ ਘੱਟੋ-ਘੱਟ 500 ਬੱਚੇ ਲਾਈਵ ਹੋਣ ਇਹ ਗੱਲ ਤੁਹਾਨੂੰ ਦਿਮਾਗ ਦੇ ਵਿੱਚ ਰੱਖਣੀ ਹੈ 500 ਬੱਚੇ ਉਸ ਦੇ ਉੱਪਰ ਅਗਰ ਲਾਈਵ ਹੋਣਗੇ ਤਾਂ ਹੀ ਆਪਾਂ ਇਸ ਮੌਕ ਟੈਸਟ ਸੀਰੀਜ਼ ਨੂੰ ਕੰਟੀਨਿਊ ਕਰਾਂਗੇ ਆਦਰਵਾਇਜ਼ ਇਹ ਜਿਹੜੀ ਮੌਕ ਟੈਸਟ ਸੀਰੀਜ਼ ਹੈ ਬੰਦ ਕਰ ਦਿੱਤੀ ਜਾਏਗੀ ਇਸ ਲਈ ਜਿਆਦਾ ਤੋਂ ਜਿਆਦਾ ਸ਼ੇਅਰ ਕਰਨੀ ਹੈ 500 ਬੱਚੇ ਘਟੋ ਘਟ ਲਾਈਵ ਹੋਣੇ ਚਾਹੀਦੇ ਨੇ ਕਿਉਂਕਿ ਇਹ ਬਿਲਕੁਲ ਫ੍ਰੀ ਆਫ ਕਾਸਟ ਹੈ ਜਿਹੜੀ ਇਹ ਤੁਹਾਨੂੰ ਮੌਕ ਟੈਸਟ ਸੀਰੀਜ਼ ਅਵੇਲੇਬਲ ਕਰਵਾਈ ਜਾਏਗੀ ਡੇਲੀ ਮੌਕ ਟੈਸਟ ਇੱਕ ਪ੍ਰੋਵਾਈਡ ਕੀਤਾ ਜਾਏਗਾ ਜਿਸ ਦੇ ਵਿੱਚ ਇਸ ਦੇ ਵਿੱਚ ਆਪਾਂ ਨੇ ਟੋਟਲ 20 ਕੁਐਸਚਨਸ ਨੂੰ ਕਵਰ ਕੀਤਾ ਹੈ ਬਟ ਹੋ ਸਕਦਾ ਹੈ ਕਿ ਨੈਕਸਟ ਵਾਲੀ ਵੀਡੀਓ ਦੇ ਵਿੱਚ ਆਪਾਂ 40 35 30 35 ਕੁਐਸਚਨ ਕਵਰ ਕਰ ਤਾਂ ਕਿ ਤੁਹਾਨੂੰ ਮੈਕਸਿਮਮ ਬੈਨੀਫਿਟ ਮਿਲ ਸਕੇ ਇਸ ਮੌਕ ਟੈਸਟ ਦੇ ਲਈ ਪੰਜਾਬ ਦੇ ਵਿੱਚੋਂ ਇੱਕ ਆਫਰ ਆਇਆ ਸੀ ਜਿਸ ਦੇ ਲਈ ਉਹਨਾਂ ਦੇ ਦੁਆਰਾ ਇੱਕ ਮੌਕ ਟੈਸਟ ਦਾ 2000 ਰੁਪਏ ਜਿਹੜੀ ਹੈ ਉਹ ਕੋਸਟ ਮੈਨੂੰ ਪ੍ਰੋਵਾਈਡ ਕਰਨ ਦੇ ਲਈ ਕਿਹਾ ਗਿਆ ਸੀ ਬਟ ਉਸ ਨੂੰ ਰਿਜੈਕਟ ਕੀਤਾ ਗਿਆ ਹੈ ਕਿਉਂਕਿ ਕਾਫੀ ਸਟੂਡੈਂਟਸ ਦੇ ਦੁਆਰਾ ਡਿਮਾਂਡ ਕੀਤੀ ਗਈ ਸੀ ਰਿਕਵੈਸਟ ਕੀਤੀ ਗਈ ਸੀ ਕਿ ਸਰ ਪੰਜਾਬ ਆਈਕਿਊ ਚੈਨਲ ਦੇ ਉੱਪਰ ਬਿਲਕੁਲ ਫ੍ਰੀ ਆਫ ਕੋਸਟ ਇਹ ਮੌਕ ਟੈਸਟ ਦੀ ਸੀਰੀਜ਼ ਕੰਟੀਨਿਊ ਕੀਤੀ ਜਾਏ ਇਸ ਦੇ ਵਿੱਚ ਟੋਟਲ 80 ਕੁਸ਼ਚਨ ਜਿਹੜੇ ਉਹ ਪ੍ਰੋਵਾਈਡ ਕਰਨੇ ਸੀ ਯਾਨੀ ਇੱਕ ਮੌਕ ਟੈਸਟ ਦੇ ਟੋਟਲ 2000 ਪੇ ਕਰ ਰਹੀ ਸੀ ਇੱਕ ਪੰਜਾਬ ਦੀ ਇੱਕ ਆਰਗੇਨਾਈਜੇਸ਼ਨ ਜਿਸ ਦਾ ਮੈਂ ਤੁਹਾਨੂੰ ਨਾਮ ਲੈ ਕੇ ਨਹੀਂ ਦੱਸਾਂਗਾ ਇਸ ਲਈ ਤੁਸੀਂ ਇਸ ਨੂੰ ਇੰਨਾ ਸ਼ੇਅਰ ਕਰਨਾ ਹੈ ਬਿਲਕੁਲ ਫ੍ਰੀ ਆਫ ਕੋਸ ਦੇ ਵਿੱਚ ਇਹ ਤੁਹਾਨੂੰ ਅਵੇਲੇਬਲ ਕਰਵਾਈ ਜਾਏਗੀ ਇਸ ਦੇ ਵਿੱਚ ਤੁਹਾਨੂੰ 30 ਦੇ ਆਸ-ਪਾਸ ਕੁਐਸਚਨ ਹਰ ਇੱਕ ਮੌਕ ਟੈਸਟ ਦੇ ਵਿੱਚ ਪ੍ਰੋਵਾਈਡ ਕੀਤੇ ਜਾਣਗੇ ਬਟ ਇਸ ਦੇ ਵਿੱਚ ਮੇਰੇ ਦੁਆਰਾ ਜਿਹੜਾ ਸਾਈਨ ਨਹੀਂ ਕੀਤਾ ਗਿਆ ਬਟ ਤੁਹਾਨੂੰ ਇਸ ਸੀਰੀਜ਼ ਨੂੰ ਕੰਟੀਨਿਊ ਕਰਵਾਉਣਾ ਹੈ ਤਾਂ ਤੁਸੀਂ ਇਸ ਸੀਰੀਜ਼ ਨੂੰ ਮੈਕਸਿਮਮ ਸ਼ੇਅਰ ਕਰਨਾ ਹੈ 500 ਤੋਂ ਵੱਧ ਬੱਚੇ ਇਸ ਦੇ ਵਿੱਚ ਲਾਈਵ ਹੋਣਗੇ ਤਾਂ ਆਪਾਂ ਹੋ ਸਕਦਾ ਹੈ ਨੈਕਸਟ ਵਾਲੀ ਵੀਡੀਓ ਦੇ ਵਿੱਚ ਆਪਾਂ 50 ਕੁਐਸਚਨ ਲੈ ਕੇ ਮਿਲੀਏ ਨੈਕਸਟ ਪਾਰਟ ਦੇ ਵਿੱਚ ਯਾਨੀ ਮੌਕ ਟੈਸਟ ਨੰਬਰ 2 ਦੇ ਵਿੱਚ ਇਸ ਲਈ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਇਸ ਆਫਰ ਨੂੰ ਹੈ ਜਿਹੜਾ ਰਿਜੈਕਟ ਕਰ ਦਿੱਤਾ ਗਿਆ ਹੈ ਇਹ ਪੰਜਾਬ ਦੇ ਮੰਨੇ ਪਰਮੰਨੇ ਜਿਹੜੇ ਇੰਸਟੀਚਿਊਟ ਉਹਨਾਂ ਦੇ ਦੌਰ ਆਫਰ ਕੀਤਾ ਗਿਆ ਸੀ ਬਟ ਇਸ ਨੂੰ ਰਿਜੈਕਟ ਕੀਤਾ ਗਿਆ ਹੈ ਤੁਹਾਡੇ ਲਈ ਇਸ ਲਈ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਕਰਵਾਓ ਆਪਣੇ ਫਰੈਂਡਸ ਤੋਂ ਜੋ ਵੀ ਪੰਜਾਬ ਆਈਕਿਊ ਦੇ ਨਾਲ ਨਿਊ ਜੁੜਦੇ ਨੇ ਉਹਨਾਂ ਤੋਂ ਜਿਆਦਾ ਤੋਂ ਜਿਆਦਾ ਇਸ ਸੀਰੀਜ਼ ਨੂੰ ਸ਼ੇਅਰ ਕਰੋ ਤਾਂ ਕਿ ਜੋ ਵੀ ਸਟੂਡੈਂਟਸ ਪੰਜਾਬ ਦੀ ਕਿਸੇ ਵੀ ਪੋਸਟ ਲਈ ਤਿਆਰੀ ਕਰ ਰਹੇ ਨੇ ਉਹਨਾਂ ਤੱਕ ਇਹ ਵੀਡੀਓ ਦੀ ਰეკਮੈਂਡੇਸ਼ਨ ਪਹੁੰਚ ਸਕੇ ਸੋ ਆਪਾਂ ਇਸ ਵੀਡੀਓ ਦੇ ਵਿੱਚ 20 ਕੁਐਸਚਨਸ ਕਵਰ ਕੀਤੇ ਨੇ ਅਗਰ ਤੁਹਾਨੂੰ ਇਹ ਸੀਰੀਜ਼ ਵਧੀਆ ਲੱਗੀ ਹੋ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਔਰ ਅਗਰ ਤੁਹਾਨੂੰ ਨੇ ਪੰਜਾਬੀ ਆਈਕਿਊ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਉਹ ਵੀ ਜਰੂਰ ਪ੍ਰੈਸ ਕਰ ਲਓ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਪੈਸ਼ਲ ਨੋਟਸ ਤਿਆਰ ਕੀਤੇ ਜਾ ਰਹੇ ਨੇ ਇਸ ਨੈਬ ਤਹਿਸੀਲਦਾਰ ਪੋਸਟ ਲਈ ਸਪੈਸ਼ਲ ਨੋਟਸ ਆ ਅਗਰ ਕੋਈ ਸਟੂਡੈਂਟਸ ਪਰਚੇਸ ਕਰਨਾ ਚਾਹੁੰਦਾ ਹੈ ਤਾਂ ਪਰਚੇਸ ਕਰ ਸਕਦਾ ਹੈ ਇਸ ਦੇ ਵਿੱਚ ਕੀ ਹੋਏਗਾ ਸਪੈਸ਼ਲ ਨੋਟਸ ਦੇ ਵਿੱਚ ਹਿਸਟਰੀ ਹੋਏਗੀ ਮਾਡਰਨ ਹਿਸਟਰੀ ਮਾਡਰਨ ਹਿਸਟਰੀ ਹੋਏਗੀ ਮਾਡਰਨ ਹਿਸਟਰੀ ਤੋਂ ਬਾਅਦ ਨੈਕਸਟ ਹੋਏਗੀ ਇੰਡੀਅਨ ਪੋਲੀਟੀ ਉਸ ਤੋਂ ਬਾਅਦ ਜੀਓਗ੍ਰਾਫੀ ਹੋਏਗੀ ਨੈਕਸਟ ਹੈ ਬਾਇਓਲੋਜੀ ਬਾਇਓਲੋਜੀ ਤੋਂ ਬਾਅਦ ਨੈਕਸਟ ਵਾਲਾ ਸਬਜੈਕਟ ਹੈ ਇਕਨੋਮੀ ਇਕਨੋਮੀ ਇਹ ਟੋਟਲ 5 ਸਬਜੈਕਟਾਂ ਦੇ ਨੋਟਸ ਨੇ ਜਿਹੜੇ ਤਿਆਰ ਕੀਤੇ ਜਾ ਰਹੇ ਨੇ ਪੰਜਾਬ ਐਕਿਊ ਟੀਮ ਦੇ ਵੱਲੋਂ ਇਸ ਲਈ ਜੋ ਸਟੂਡੈਂਟ ਪਰਚੇਸ ਕਰਨਾ ਚਾਹੁੰਦੇ ਨੇ ਇਸ ਦੇ ਵਿੱਚ 200 ਪਲੱਸ ਸਟੂਡੈਂਟਸ ਨੇੜੇ ਉਹ ਪਹਿਲਾਂ ਹੀ ਇਨਰੋਲ ਕਰ ਚੁੱਕੇ ਨੇ ਕਿਉਂਕਿ ਪਹਿਲੀ ਜਿਹੜੀ ਸਟੱਡੀਜ਼ ਦੀ ਵੀਡੀਓ ਬਣਾਈ ਸੀ ਉਸ ਦੇ ਵਿੱਚ ਕਾਫੀ ਸ਼ੂਅਰਸੇ ਦੁਆਰਾ ਇਨਰੋਲ ਕਰਵਾ ਲਿਆ ਗਿਆ ਹੈ ਇਸ ਲਈ ਜੋ ਸਟੂਡੈਂਟਸ ਚਾਹੁੰਦੇ ਨੇ ਉਹ 31 ਦਸੰਬਰ ਤੋਂ ਪਹਿਲਾਂ ਪਹਿਲਾਂ ਇਹਨਾਂ ਦੇ ਵਿੱਚ ਇਨਰੋਲ ਕਰ ਸਕਦੇ ਨੇ ਇਹਨਾਂ ਦੀ ਹਰ ਇੱਕ ਸਬਜੈਕਟ ਦੀ ਜਿਹੜੀ ਕੋਸਟ ਰੱਖੀ ਗਈ ਹੈ ਉਹ ਰੱਖੀ ਗਈ ਹੈ 200 ਰੁਪਿਆ ਪੋਲੀਟੀ ਦਾ ਵੀ 200 ਹਿਸਟਰੀ ਆ ਵੀ 200 ਮਾਡਰਨ ਹਿਸਟਰੀ ਦਾ ਜੀਓਗ੍ਰਾਫੀ ਦਾ ਵੀ 200 ਪੋਲੀਟੀ ਦਾ ਵੀ ਔਰ ਬਾਇਓਲੋਜੀ ਦਾ ਟੋਟਲ ਜੋ ਪੰਜ ਸਬਜੈਕਟਸ ਦਾ ਤਿਆਰ ਕੀਤੇ ਗਏ ਨੇ ਅਗਰ ਪੰਜੋ ਪੰਜੋ ਸਬਜੈਕਟ ਨੂੰ ਪਰਚੇਸ ਕਰਨਾ ਚਾਹੁੰਦਾ ਤਾਂ 1000 ਇਸ ਨੰਬਰ ਦੇ ਉੱਪਰ ਤੁਹਾਨੂੰ ਪੇਟੀਐਮ Google Pay PhonePe ਸੈਂਡ ਕਰ ਸਕਦੇ ਹੋ ਤੁਸੀਂ 70098 68826 ਇਹੇ WhatsApp ਨੰਬਰ ਹੈ ਇਸ ਦੇ ਉੱਪਰ ਤੁਸੀਂ ਅਦਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਦੇ ਉੱਪਰ WhatsApp ਦੇ ਉੱਪਰ ਮੈਸੇਜ ਕਰ ਸਕਦੇ ਹੋ ਇਸ ਦੇ ਉੱਪਰ ਕਾਲ ਅਲਾਉ ਨਹੀਂ ਹੈ ਇਸ ਦੇ ਉੱਪਰ WhatsApp ਕਰ ਦੇਣਾ ਵਿਦਿਨ 1 ਘੰਟੇ ਦੇ ਵਿੱਚ ਤੁਹਾਨੂੰ ਇਸ WhatsApp ਨੰਬਰ ਤੋਂ ਰਿਪਲਾਈ ਮਿਲ ਜੇਗਾ ਅਗਰ ਕੋਈ ਸਟੂਡੈਂਟ ਪਰਚੇਸ ਕਰਨਾ ਚਾਹੁੰਦਾ ਹੈ ਤਾਂ ਉਹ ਪਰਚੇਸ ਕਰ ਸਕਦਾ ਹੈ ਕਿਉਂਕਿ ਤੁਹਾਨੂੰ ਪਤਾ ਵਕਫ ਬੋਰਡ ਦੇ ਤਿਆਰ ਕੀਤੇ ਗਏ ਸੀ ਉਸ ਦੇ ਵਿੱਚ ਮੈਕਸਿਮਮ ਜਿਹੜੇ ਕੁਐਸਚਨ ਸੀ ਵਕਫ ਐਕਟ ਦੇ ਉਹਨਾਂ ਦੇ ਨੋਟਸਾਂ ਦੇ ਵਿੱਚ ਉਹੀ ਪੁੱਛੇ ਗਏ ਸੀ ਇਸ ਲਈ ਇਸ ਪੁਆਇੰਟ ਆਫ 뷰 ਤੋਂ ਇਹੇ ਨੋਟਸ ਜਿਹੜੇ ਤਿਆਰ ਕੀਤੇ ਗਏ ਨੇ ਕਿ ਤੁਹਾਨੂੰ ਮੈਕਸਿਮਮ ਕੁਐਸਚਨ ਜਿਹੜੇ ਜੋ ਇਹਨਾਂ ਸਬਜੈਕਟਾਂ ਤੋਂ ਪੁੱਛੇ ਜਾਣਗੇ ਉਹ ਮੈਕਸਿਮਮ ਕੁਐਸਚਨ ਤੁਹਾਨੂੰ ਇਹਨਾਂ ਨੋਟਸਾਂ ਦੇ ਵਿੱਚੋਂ ਹੀ ਮਿਲ ਜਾਣਗੇ ਇਸ ਲਈ ਜੋ ਸਟੂਡੈਂਟ ਪਰਚੇਸ ਕਰਨਾ ਚਾਹੁੰਦਾ ਹੈ ਤਾਂ ਉਹ ਪਰਚੇਸ ਕਰ ਸਕਦਾ ਹੈ ਕਾਫੀ ਸਟੂਡੈਂਟ ਪੁੱਛਦੇ ਨੇ ਕਿ ਸਰ ਇਹਨਾਂ ਦੀ ਲੈਂਗੁਏਜ ਕੀ ਹੈ ਇਹਨਾਂ ਦੀ ਜਿਹੜੀ ਲੈਂਗੁਏਜ ਹੈ ਉਹ ਹੈ ਇੰਗਲਿਸ਼ ਇੰਗਲਿਸ਼ ਲੈਂਗੁਏਜ ਦੇ ਵਿੱਚ ਨੇ ਇਹ ਓਨਲੀ ਇੰਗਲਿਸ਼ ਦੇ ਵਿੱਚ ਇਹ ਤੋਂ ਨੇ ਧਿਆਨ ਵਿੱਚ ਰੱਖਣਾ ਬਟ ਇਹ ਜਿਹੜੀ ਇੰਗਲਿਸ਼ ਲੈਂਗੁਏਜ ਹੈ ਬਹੁਤ ਈਜ਼ੀ ਲੈਂਗੁਏਜ ਦੇ ਵਿੱਚ ਕਨਵਰਟ ਕੀਤੇ ਗਏ ਨੇ ਤਾਂ ਕਿ ਹਰ ਇੱਕ ਸਟੂਡੈਂਟ ਜਿਸ ਨੂੰ ਇੰਗਲਿਸ਼ ਪੜ੍ਹਨੀ ਆਂਦੀ ਹੈ ਔਰ ਇੰਗਲਿਸ਼ ਸਮਝ ਨਹੀਂ ਆਂਦੀ ਹੈ ਉਹ ਈਜ਼ੀਲੀ ਅੰਡਰਸਟੈਂਡ ਕਰ ਸਕਦਾ ਹੈ ਕਿ ਇਹਨਾਂ ਨੋਟਸਾਂ ਦੇ ਵਿੱਚ ਕੀ ਹੈ ਜਿਹੜਾ ਦੱਸਿਆ ਗਿਆ ਹੈ ਅਗਰ ਕੋਈ ਸਟੂਡੈਂਟ ਪਰਚੇਸ ਕਰਨਾ ਚਾਹੁੰਦਾ ਹੈ ਤਾਂ ਉਹ ਜਲਦੀ ਤੋਂ ਜਲਦੀ ਪਰਚੇਸ ਕਰ ਸਕਦਾ ਹੈ 31 ਦਸੰਬਰ ਤੱਕ ਪਰਚੇਸ ਕਰ ਸਕਦਾ ਹੈ ਇਸ ਤੋਂ ਬਾਅਦ ਤੁਹਾਨੂੰ ਪਤਾ ਹੈ ਇੱਕ ਗੈਸ ਪੇਪਰ ਵੀ ਲਾਂਚ ਕੀਤਾ ਜਾ ਰਿਹਾ ਹੈ ਪੰਜਾਬੀ IQ ਟੀਮ ਦੇ ਵੱਲੋਂ ਜੋ ਸਟੂਡੈਂਟ ਪਰਚੇਸ ਕਰਨਾ ਚਾਹੁੰਦਾ ਉਹ ਜਲਦੀ ਤੋਂ ਜਲਦੀ ਪਰਚੇਸ ਕਰੇ ਕਿਉਂਕਿ 31 ਦਸੰਬਰ ਤੋਂ ਬਾਅਦ ਇਹ अवेलेबल ਨਹੀਂ ਹੋਣਗੇ ਠੀਕ ਹੈ ਜਲਦੀ ਤੋਂ ਜਲਦੀ ਜੋ ਹੋ ਸਕਦਾ ਹੈ ਕਰਨਾ ਪਰਚੇਸ ਕਰਨਾ ਚਾਹੁੰਦਾ ਹੈ ਤਾਂ ਜਲਦੀ ਤੋਂ ਜਲਦੀ ਪਰਚੇਸ ਕਰ ਸਕਦਾ ਹੈ ਸੋ ਇਸ ਵੀਡੀਓ ਵਿੱਚ ਬਸ ਇਨਾ ਹੀ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਅਗਰ ਤੁਹਾਨੂੰ ਇਹਨਾਂ ਕੁਐਸਚਨ ਦੇ ਰਿਲੇਟਡ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਤੁਹਾਨੂੰ 100% ਰਿਪਲਾਈ ਕਰ ਦਿੱਤਾ ਜਾਏਗਾ ਹੋ ਸਕਦਾ ਹੈ 1 ਤੋਂ 2 ਘੰਟੇ ਦੇ ਵਿੱਚ ਤੁਹਾਨੂੰ ਰਿ ਅਗਰ ਕੋਈ ਸਟੂਡੈਂਟ ਨੂੰ ਡਾਊਟ ਹੈ ਤਾਂ ਕਮੈਂਟ ਬਾਕਸ ਵਿੱਚ ਲਿਖ ਕੇ ਦੱਸ ਸਕਦਾ ਹੈ ਕਿਹੜੇ ਕੁਐਸਚਨ ਦੇ ਵਿੱਚ ਉਸ ਨੂੰ ਡਾਊਟ ਹੈ ਉਸ ਨੂੰ ਕਲੈਰੀਫਾਈ ਕਰ ਦਿੱਤਾ ਜਾਏਗਾ ਸੋ ਇਸ ਵੀਡੀਓ ਵਿੱਚ ਬਸ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਸੋ ਥੈਂਕਸ ਫॉर ਵਾਚਿੰਗ ਟੇਕ ਕੇਅਰ ਗੁੱਡਬਾਈ ਗੋਡ ਬlesਸ ਯੂ ਆਲ ਕੀ ਸਪੋਟਿੰਗ ਪੰਜਾਬੀ IQ ਜਿਆਦਾ ਤੋਂ ਜਿਆਦਾ ਇਸ ਵੀਡੀਓ ਨੂੰ ਆਪਣੇ ਫਰੈਂਡ ਨਾਲ ਸ਼ੇਅਰ ਜ਼ਰੂਰ ਕਰੋ ਤਾਂ ਕਿ ਜੋ ਵੀ ਸਵੈਂਟਰ ਨੈਵਸ ਤਹਿਸੀਲਦਾਰ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਉਹਨਾਂ ਤੱਕ ਇਹ ਵੀਡੀਓ ਦੀ ਰეკਮੈਂਡੇਸ਼ਨ ਪਹੁੰਚ ਸਕੇ ਔਰ ਚੈਨਲ ਨੂੰ ਸਬਸਕ੍ਰਾਈਬ ਵੀ ਜਿਆਦਾ ਤੋਂ ਜਿਆਦਾ ਕਰੋ